ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਖੇਡ ਪ੍ਰੇਮੀਆਂ ਨੂੰ, ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਣੀ ਧਰਮਾ ਹਰਿਆਓ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਜਿਸ ਤਰ੍ਹਾਂ ਸਮੇਂ ਤੇ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਕਬੱਡੀ ਖਿਡਾਰੀ ਦੇ, ਪਹਿਲਵਾਨ ਦੇ, ਜਾਂ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਜੁੜੀ ਹੋਈ ਮਹਾਨ ਸ਼ਖਸੀਅਤ ਦੇ ਰੂਬਰੂ ਕਰਵਾਉਂਦੇ ਹਾਂ, ਉਸੇ ਲੜੀ ਤਹਿਤ ਅੱਜ ਅਸੀਂ ਪੁੱਜੇ ਹੋਏ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੰਗਣਵਾਲ ਦੇ ਵਿੱਚ। ਜਿੱਥੋਂ ਦੇ ਕਬੱਡੀ ਦੇ ਖਿਡਾਰੀ ਬੜੇ ਮਸ਼ਹੂਰ ਹੋਏ ਨੇ, ਜੋੜੀ ਮਸ਼ਹੂਰ ਹੋਈ ਹੈ। ਜੇ ਗੱਲ ਕਰੀਏ ਨਿਰਮਲ ਸਿੰਘ ਨਿੰਮਾ ਕੰਗਣਵਾਲ ਅਤੇ ਉਹਨਾਂ ਦਾ ਸਾਥੀ ਜਸਵੰਤ ਸਿੰਘ ਗੋਲੂ ਕੰਗਣਵਾਲ, ਅਤੇ ਅੱਜ ਆਪਾਂ ਗੱਲ ਕਰਾਂਗੇ ਜਸਵੰਤ ਸਿੰਘ ਉਰਫ ਗੋਲੂ ਕੰਗਣਵਾਲ ਦੀ, ਆਪਣੇ ਸਮੇਂ ਦੇ ਮਹਾਨ ਰੇਡਰ ਦੀ। ਆਓ ਫਿਰ ਆਪਾਂ ਕਰਦੇ ਹਾਂ ਸ਼ੁਰੂਆਤ। ਹਾਂਜੀ ਬਾਈ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੁਰਾਣੇ ਪਲੇਅਰਾਂ ਨੂੰ ਨਵੀਂ ਪੀੜ੍ਹੀ ਦੇ ਰੂਹ ਰੂਹ ਕਰਾਉਂਦੇ ਹੋਗੇ, ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਇੱਥੇ ਪਹੁੰਚਣ 'ਤੇ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਮੈਂ ਰੰਗ ਪੰਜਾਬ ਦੇ ਜਿਹੜੇ ਸਰੋਤੇ ਨੇ, ਦੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀ ਅਤੇ ਗੁਰੂ ਬਾਈ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡਾ ਜਨਮ ਕਦੋਂ ਹੋਇਆ ਸੀ ਅਤੇ ਆਪਣੇ ਪਰਿਵਾਰ ਬਾਰੇ ਦੱਸੋ। ਮੇਰਾ ਜਨਮ ਜੀ 1-2-72 ਨੂੰ ਕੰਗਣਵਾਲ ਵਿਖੇ ਜੀ, ਡੈਡੀ ਸਰਦਾਰ ਹੀਰਾ ਸਿੰਘ ਜੀ, ਮਾਤਾ ਨਸੀਬ ਕੌਰ ਦੀ ਕੁੱਖੋਂ ਹੋਇਆ ਜੀ, ਕੰਗਣਵਾਲ ਵਿਖੇ ਜੀ। ਅਤੇ ਕਿੰਨੇ ਭੈਣ ਭਰਾ ਸੀ ਜੀ? ਅਸੀਂ ਜੀ ਭੈਣ ਭਰਾ 4 ਹਾਂ ਜੀ। ਜੀ ਜਿਵੇਂ ਕਿ ਮੇਰੇ ਤੋਂ ਵੱਡਾ ਭਰਾ ਗਰਜੰਟਾ, ਉਸ ਤੋਂ ਛੋਟੀ ਮੇਰੀ ਸਿਸਟਰ ਆ ਭੈਣ ਜਸਵੰਤ ਕੌਰ, ਅਤੇ ਉਸ ਤੋਂ ਛੋਟਾ ਜੀ ਮੈਂ, ਮੇਰੇ ਤੋਂ ਛੋਟਾ ਮੇਰਾ ਛੋਟਾ ਬ੍ਰਦਰ ਆ ਗੁਰਪ੍ਰੀਤ ਜੀ। ਹਾਂਜੀ। ਅਤੇ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਹੈ ਜੀ? ਪੜ੍ਹਾਈ ਜੀ ਮੈਂ ਕੀਤੀ ਹੈ BA ਸੈਕਿੰਡ ਤੱਕ ਜੀ। ਜੀ ਹਾਂਜੀ। ਕਦੋਂ ਜੀ? ਇਹ ਲਾਲੋ ਸਾਹਿਬ ਸ਼ੁਰੂ ਦੀ ਜਿਹੜੀ ਪੜ੍ਹਾਈ ਸੀਗੀ ਜੀ, ਉਹ ਕੰਗਣਵਾਲ ਦੇ ਸੀਨੀਅਰ ਸੈਕੰਡਰੀ ਸਕੂਲ ਸੀਗੀ। ਹਾਂਜੀ। ਉਸ ਤੋਂ ਬਾਅਦ ਜੀ 10ਵੀਂ ਅਤੇ +1 ਅਤੇ +2 ਅਮਰਗੜ੍ਹ ਸਕੂਲ ਤੋਂ ਸੀਗੀ ਜੀ, ਅਤੇ ਜਿਹੜੀ ਫਸਟ ਈਅਰ ਅਤੇ ਸੈਕਿੰਡ ਈਅਰ ਸੀਗੀ ਇਹ ਦੇਸ਼ ਭਗਤ ਕਾਲਜ ਧੂਰੀ ਜੀ ਕਰੀ ਆ ਜੀ ਅਸੀਂ ਜੀ। ਅਤੇ ਕਬੱਡੀ ਦੀ ਸ਼ੁਰੂਆਤ ਤੁਹਾਡੀ ਕਿਸ ਤਰ੍ਹਾਂ ਹੋਈ ਅਤੇ ਕਿੰਨਾ ਨੇ ਤੁਹਾਨੂੰ ਪ੍ਰੇਰਿਤ ਕੀਤਾ ਸੀ ਖੇਡ ਕਬੱਡੀ ਵਾਲੇ, ਅਤੇ ਕਦੋਂ ਸ਼ੁਰੂ ਕੀਤੀ? ਮੈਂ ਜੀ ਜਿਹੜੀ ਕਬੱਡੀ ਖੇਡਣੀ ਸ਼ੁਰੂ ਕੀਤੀ ਆ, ਮਤਲਬ ਨੈਸ਼ਨਲ ਸਟਾਈਲ ਸ਼ੁਰੂ ਕਰੀ ਸੀਗੀ ਜੀ ਜੀ, ਇਹ 6ਵੀਂ ਕਲਾਸ ਦੀ ਗੱਲ ਆ। ਸਾਡੇ ਸਰਦਾਰ ਗੁਰਚਰਨ ਸਿੰਘ ਜੀ DP ਅਤੇ ਸਰਦਾਰ ਹਰੀ ਸਿੰਘ ਜੀ PT ਰੀੜੇ ਵਾਲੇ, ਜੋ ਅੱਜ ਕੱਲ੍ਹ ਮੇਰੇ ਕੋਲ ਰਹਿੰਦੇ ਆ, ਹਾਂਜੀ, ਬਹੁਤ ਹੀ ਸਤਿਕਾਰਯੋਗ ਨੇ ਸਾਡੇ ਉਹ ਜੀ। ਉਹਨਾਂ ਨੇ ਸਾਨੂੰ 6ਵੀਂ ਕਲਾਸ ਤੋਂ ਜੀ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸਟਾਰਟ ਕਰ ਲਈ ਸੀਗੀ ਜੀ, ਅਤੇ ਫਿਰ ਅਸੀਂ 6ਵੀਂ 7ਵੀਂ 8ਵੀਂ ਦੇ ਲਗਭਗ ਜਾਣੀ ਮੈਂ, ਅਸੀਂ ਜ਼ਿਲ੍ਹੇ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਲੈ ਕੇ ਆਇਆ ਸੀਗਾ, ਅਤੇ ਪੰਜਾਬ ਦੇ ਵਾਸਤੇ ਸਾਡੀ ਸਿਲੈਕਸ਼ਨ ਹੋ ਗਈ ਸੀ, ਉੱਥੋਂ ਹੀ ਨੈਸ਼ਨਲ ਸਟਾਈਲ ਤੋਂ ਜਾਣੀ ਸਟਾਰਟ ਕਰਿਆ ਜੀ ਕੰਮ ਜੀ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਸਰਕਲ ਵੱਲ ਕਿਵੇਂ ਆਏ ਜੀ? ਸਰਕਲ ਕਬੱਡੀ ਬਾਰੇ ਜੀ, ਜਦੋਂ ਮਤਲਬ ਠੀਕ ਆ ਉਹ ਨੈਸ਼ਨਲ ਖੇਡਣ ਲੱਗ ਕੇ, ਨਾਲ ਸਾਡੇ ਪਿੰਡ ਦੇ ਮੁੰਡੇ ਹੁੰਦੇ ਸੀਗੇ ਜੀ ਜਿੰਦਰ, ਹੁਣ ਮੇਰੇ ਤੋਂ ਪਹਿਲਾਂ ਖੇਡਦੇ ਹੁੰਦੇ ਸੀ ਉਹ, ਹਾਂਜੀ, ਉਹ 57 ਕਿੱਲੋ ਜਾਂ 52 ਕਿੱਲੋ ਖੇਡਦੇ ਸੀਗੇ, ਬਹੁਤ ਵਧੀਆ ਜੀ। ਅਤੇ ਉਹਨਾਂ ਨੂੰ ਦੇਖ ਕੇ ਇੱਕ ਜਗ੍ਹਾ 'ਤੇ ਅਸੀਂ ਖੇਡਣ ਚਲੇ ਗਏ ਜੀ, ਮੇਰੇ ਖਿਆਲ 42 ਕਿੱਲੋ, ਅਤੇ ਘਣੀ ਵਾਲ ਪਿੰਡ ਦੇ ਵਿੱਚ ਜੀ, ਅਤੇ ਅਸੀਂ ਤਾਂ ਹਾਰ ਗਏ ਸਾਹਿਬ, ਜਾਣ ਨੂੰ ਸ਼ੌਕ ਹੀ ਹੁੰਦਾ ਸੀ ਜਾਣ ਦਾ ਜੀ, ਦੂਰ ਗਏ ਸੀ, ਹਾਰ ਗਏ ਸੀਗੇ ਜੀ, ਅਤੇ ਉਹਨਾਂ ਨੇ ਸਾਨੂੰ ਜੀ ਉਹ ਜਿੱਤ ਕੇ, ਉਹ 52 ਵੀ ਜਿੱਤ ਗਏ, 55 ਵੀ ਜਿੱਤ ਗਏ, ਅਤੇ ਉਹਨਾਂ ਨੇ ਸਾਨੂੰ ਪਿੰਡ ਆ ਕੇ ਜੀ, ਉਹ ਅਸੀਂ ਉਹਨਾਂ ਦੇ ਨਾਲ ਹੀ ਆਏ ਬੱਸ ਚੜ੍ਹ ਕੇ, ਅਤੇ ਉਹਨਾਂ ਨੇ ਸਾਨੂੰ, ਉਹਨਾਂ ਨੂੰ ਸਟੀਲ ਦੇ ਭਾਂਡੇ ਮਿਲੇ ਸੀਗੇ ਜੀ, ਉਹਨਾਂ ਨੇ ਸਾਨੂੰ ਜਾਣੀ ਸਟੀਲ ਦੇ ਭਾਂਡੇ ਅਤੇ ਨਾਲ ਬੈਗ, ਅਤੇ ਸਾਨੂੰ ਜਾਣੀ ਉਹ ਸਾਰੇ ਪਲੇਅਰਾਂ ਨੂੰ ਆਪਦੇ ਨਾਮ 'ਚੋਂ ਕੱਢ ਕੇ ਨਾਮ ਦਿੱਤਾ, ਅਤੇ ਸਾਨੂੰ ਉੱਥੋਂ ਫਿਰ ਚੇਟਕ ਜਿਹੀ ਲੱਗ ਗਈ ਵੀ ਹੌਸਲਾ ਮਿਲਿਆ, ਹੌਸਲਾ ਮਿਲਿਆ ਜੀ, ਪੁਰਾਣੇ ਖਿਡਾਰੀਆਂ ਤੋਂ ਪਿੰਡਿਆਂ ਤੋਂ ਜੀ। ਹਾਂਜੀ। ਅਤੇ ਫਿਰ ਕਿਹੜੇ ਕਿਹੜੇ ਵਜਨ ਖੇਡੇ ਤੁਸੀਂ, ਅਤੇ ਓਪਨ ਕਬੱਡੀ ਹੈ ਜਿਹੜੀ ਉਹਦੇ ਵਿੱਚ ਕਦੋਂ ਪ੍ਰਵੇਸ਼ ਕੀਤਾ ਅਤੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡੇ? ਹਾਂਜੀ, ਵਜਨ ਜੀ ਖੇਡਿਆ 47 ਕਿੱਲੋ, ਅਤੇ 52, 57, 62, ਇਹ ਤਕਰੀਬਨ ਜਾਣੀ ਜੀ ਮੈਂ ਇੱਕ ਇੱਕ ਬੇਟ ਆ ਜਿਹੜਾ ਇੱਕ ਇੱਕ ਸੀਜ਼ਨ ਹੀ ਖੇਡਿਆ ਜੀ, ਅਤੇ ਉਸ ਤੋਂ ਬਾਅਦ ਫਿਰ ਓਪਨ ਖੇਡਣ ਲੱਗ ਗਏ, ਅਤੇ ਇਹਦਾ ਕਾਰਨ ਇਹ ਬਣਦਾ ਸੀਗਾ ਜੀ, ਮੈਂ ਮਤਲਬ ਜਦੋਂ ਮੇਰਾ 52 ਕਿੱਲੋ ਵਜਨ ਹੋਇਆ ਸੀਗਾ ਜੀ, 47 ਕਿੱਲੋ ਵੀ ਇੱਕ ਥਾਂ ਜਿੱਤਿਆ ਸੀ, 47 ਕਿੱਲੋ ਦੇ ਵਿੱਚ ਮੈਂ ਬੈਸਟ ਰੇਡਰ ਵੀ ਰਿਹਾ ਜੀ, ਹਾਂਜੀ, ਅਮਰਗੜ੍ਹ ਮੈਨੂੰ ਬੈਸਟ ਰੇਡਰ ਦੇ ਤੌਰ 'ਤੇ ਦਿੱਤੀ ਸੀਗੀ 60 ਜੀ, 10ਵੇਂ ਵਰਕਸ ਵਾਲਿਆਂ ਨੇ ਜੀ, ਅਤੇ ਸੰਦੌੜ ਟੂਰਨਾਮੈਂਟ ਦੇ ਵਿੱਚੋਂ ਮੈਂ ਬੈਸਟ ਸੀਗਾ ਜੀ, ਉੱਥੋਂ ਮੈਨੂੰ ਮਿਲੀ ਸੀ ਜੀ ਟਾਰਚ ਜੀ, ਬਗੈਰ ਸੱਲਾਂ ਤੋਂ ਜੀ, ਇਕੱਲੀ ਟਾਰਚ, ਹਾਂਜੀ ਹਾਂਜੀ, ਇਹ ਬੈਸਟ ਰੇਡਰ ਦਾ ਨਾਮ ਸੀਗਾ ਜੀ ਜੀ। ਅਤੇ ਇਸ ਤੋਂ ਬਿਨਾਂ ਜੀ ਮੈਨੂੰ ਪਿੰਡ ਦਿੱਤਾ ਸੀਗਾ ਜੀ ਰੋਟੀਆਂ ਵਾਲਾ ਡੱਬਾ ਜੀ, ਉਹ ਵੀ ਬੈਸਟ ਰੇਡਰ ਦੇ ਸੀਗਾ ਜੀ ਵਜਨੀ ਮੁਕਾਬਲੇ, ਵਜਨੀ ਮੁਕਾਬਲਿਆਂ 'ਚ, ਅਤੇ ਵਜਨੀ ਮੁਕਾਬਲੇ ਦੇ ਵਿੱਚ ਮਤਲਬ ਜੀ ਜਿਹੜਾ ਸਾਡਾ ਪਰਿਵਾਰ ਸੀਗਾ ਜੀ, ਵੱਡਾ ਪਰਿਵਾਰ ਸੀਗਾ ਜੀ, ਅਤੇ ਜੁਆਇੰਟ ਫੈਮਿਲੀ ਜਿਹਨੂੰ ਕਹਿੰਦੇ ਆਪਾਂ, ਮੇਰੇ ਡੈਡੀ ਹੁਣੇ, 2 ਭਰਾ ਸੀ, ਮੇਰਾ ਤਾਇਆ ਜੀ, ਮੈਨੂੰ ਬਾਪੂ ਵੀ ਕਹਿੰਦਾ ਉਹਨਾਂ ਨੂੰ, ਹਾਂਜੀ, ਅਤੇ ਬੀਬੀ ਮੇਰੀ ਦਾਦੀ, ਅਤੇ ਨਾਲ ਇੱਕ ਸਾਡੇ ਪਿੰਡ ਤਾਇਆ ਹੁੰਦਾ ਸੀ ਯੂਸਫ ਜੀ, ਅਤੇ ਉਹਨਾਂ ਨੇ ਨਾ ਮੈਨੂੰ ਇੱਧਰੋਂ 52 ਕਿੱਲੋ ਵੇਟ ਤੋਂ ਜਾਣੀ ਆਪ ਸਾਈਕਲ 'ਤੇ ਆ ਕੇ ਘਰੋਂ ਲਿਜਾਣਾ ਖਾੜੇ 'ਚ ਜੀ, ਸਾਡੇ ਪਿੰਡ ਖਾੜਾ ਸੀਗਾ, ਅਤੇ ਬਾਅਦ 'ਚ ਬਾਬਾ ਖੈਲੀ ਨਾਸ ਜੀ ਨੇ ਚਲਾਇਆ ਉਹ ਖਾੜਾ,
ਤੇ ਉਹਨਾਂ ਜਾਣੇ ਇੰਨੀ ਕੁ ਭਗਤੀ ਹੁੰਦੀ ਸੀ ਉਹਨਾਂ ਦੇ ਅੰਦਰ, ਮਤਲਬ ਜਿਹੜਾ ਤਾਇਆ ਸੀ ਜਿਹੜਾ ਜੂਸਮ, ਉਹਨੂੰ ਜਿਹਨੇ ਵਧੀਆ ਮਤਲਬ ਘਰ ਵੀ ਵਧੀਆ, ਇਹਨਾਂ ਦਾ ਨਿਆਣਾ ਤਕੜਾ ਹੋਣ ਵਾਲਾ, ਮੈਨੂੰ ਸਾਈਕਲ 'ਤੇ ਬਿਠਾ ਕੇ ਜੀ ਉਹਨੇ 4 ਵਜੇ ਦੇਖ ਲਓ ਲੈ ਜਾਣਾ ਉੱਥੇ ਖਾਣੇ 'ਚ, ਉੱਥੇ ਆਪ ਤੋਂ ਤਕੜੇ ਮੁੰਡਿਆਂ ਨਾਲ ਜ਼ੋਰ ਕਰਨਾ, ਉਹ ਫਿਰ ਘਰਦਿਆਂ ਨੇ ਤੁਹਾਨੂੰ ਪਤਾ ਜੀ ਖੁਰਾਕ ਕੰਨੀ ਹੋ ਗਈ, ਮੈਨੂੰ ਕਸਰ ਨਹੀਂ ਛੱਡੀ ਹੈਗੀ, ਸਾਰੇ ਪਰਿਵਾਰ ਨੇ, ਸਾਰੇ ਮੇਰੇ ਭਾਈ ਨੇ, ਤਾਇਆ ਦੇ ਮੁੰਡੇ ਹੋਣੇ ਵੀ ਨੇ, ਹੋਰ 3 ਤੇ ਕਾਫੀ ਵੱਡਾ ਪਰਿਵਾਰ ਸੀ, ਇਹਨਾਂ ਨੇ ਜਾਣੀ ਜੀ ਖੁਰਾਕ ਮੈਨੂੰ ਪੂਰੀ ਦਿੱਤੀ, ਅਤੇ ਉਹ ਤਾਇਆ ਉਹਨਾਂ ਨੇ ਜਾਣੀ ਜ਼ੋਰ ਹੀ ਇੰਨਾ ਕਰਵਾਇਆ ਕਿ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਵੀ ਜਾਣੀ ਮਤਲਬ 52 ਫਿਰ 57 ਫਿਰ 62 ਜਾਣੀ, ਆਪਾਂ ਮਿਹਨਤ ਵੀ ਬਹੁਤ ਜ਼ਿਆਦਾ ਤਰੀਕੇ ਨਾਲ ਕਰੀ ਉਹਨਾਂ ਨੇ ਕਰਵਾਈ ਬਜ਼ੁਰਗਾਂ ਨੇ, ਘਰਦਿਆਂ ਨੇ ਮਿਹਨਤ, ਆਪਾਂ ਖੁਰਾਕ ਦੀ ਕਸਰ ਨਹੀਂ ਛੱਡੀ ਅਤੇ ਤੁਸੀਂ ਮਿਹਨਤ ਦੀ ਕਸਰ ਨਹੀਂ ਛੱਡੀ। ਸਹੀ ਗੱਲ ਹੈ ਜੀ ਧਰਮਾ ਜੀ, ਹਾਂ ਘਰਦਿਆਂ ਨੇ ਜੀ ਖੁਰਾਕ ਦੀ ਕੋਈ ਕਸਰ ਨਹੀਂ ਛੱਡੀ, ਆਪਾਂ ਨੇ ਫਿਰ ਮਿਹਨਤ ਵੀ ਜੀ ਬਹੁਤ ਜਾਣੀ ਰੱਜ ਕੇ ਕਰੀ ਹੈਗੀ। ਬਿਲਕੁਲ ਜੀ ਬਿਲਕੁਲ ਬਿਲਕੁਲ, ਅਤੇ ਤਾਂ ਹੀ ਤਾਂ ਫਿਰ ਅੱਜ ਨਾਂ ਹੈ ਨਾ ਜੀ ਗੋਲੂ ਜਸਵੰਤ, ਨਾਂ ਤਾਂ ਕੋਈ ਨਹੀਂ ਜਾਣਦਾ, ਗੋਲੂ ਕੰਗੜੀਏ ਦੇ ਚਰਚੇ ਵੀ ਤਾਂ ਹੀ ਹੁੰਦੇ ਨੇ ਮੈਦਾਨਾਂ 'ਚ। ਹਾਂਜੀ ਹਾਂਜੀ, ਅਤੇ ਓਪਨ ਦੇ ਵਿੱਚ ਫਿਰ ਤੁਸੀਂ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਅਤੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਵੱਲੋਂ ਖੇਡੇ ਹੋ? ਓਪਨ ਦੇ ਵਿੱਚ ਵੀ ਜੀ ਮੈਂ ਕੰਗਣ ਵਾਲ ਕੰਨੀ ਤਾਂ ਸੀ ਮੈਚ ਲਾਉਂਦੇ ਸੀਗੇ ਜੀ। ਕਿਹੜੇ ਖਿਡਾਰੀ ਪਿੰਡ ਦੇ ਤੁਹਾਡੇ ਕੰਗਣ ਦੇ? ਹਾਂਜੀ ਪਿੰਡ ਦੇ ਖਿਡਾਰੀ ਮੇਰੇ ਨਾਲ ਹੁੰਦਾ ਸੀਗਾ ਜੀ, ਨਿੰਮਾ ਚੋਰਾ ਜੀ, ਤਾਰਾ ਜਗਤਾਰ ਜੀ, ਹਾਂਜੀ ਹਾਂਜੀ, ਜੋਤੀ ਜੀ, ਅਤੇ ਇਹ ਤੋਂ ਬਿਨਾਂ ਮਨਦੀਪ ਜਵੰਦੇ, ਰਜਿਸਟਰੀ ਰਾਈ ਅਤੇ ਇੱਕ ਬੱਠ ਵਾਲਾ ਜੀਤਾ ਖੇਡਦਾ ਸਾਡੇ ਨਾਲ ਜੀ, ਅਤੇ ਇਹ ਖਿਡਾਰੀ ਹੁੰਦੇ ਸੀਗੇ ਜੀ ਪਿੰਡ ਦੇ। ਅਤੇ ਬੋਲਾ ਹੁੰਦਾ ਸੀਗਾ ਜੀ, ਵਧੀਆ ਜਾਫੀ ਸਾਡਾ, ਹਾਂਜੀ ਪਿੰਡ ਵਾਲੇ ਇਹ ਸੀਗੇ ਜੀ, ਅਤੇ ਇਹਨਾਂ ਨਾਲ ਹੀ ਅਸੀਂ ਇਹਨਾਂ ਦਾ ਹਾਲਾਂਕਿ ਛੋਟੇ ਛੋਟੇ ਜਾਫੀ ਸੀ, ਜਿਵੇਂ ਤਾਰਾ ਬੋਲਾ ਆਪਣੇ ਜਗਤਾਰ ਜੀਤਾ, ਇਹਨਾਂ ਦੇ ਵੇਟ ਵੀ ਘੱਟ ਹੀ ਹੁੰਦੇ ਸੀਗੇ, ਪਰ ਫਿਰ ਵੀ ਚਲੋ ਰੇਡਾਂ ਦੇ ਸਿਰ ਤੋਂ ਤੁਹਾਨੂੰ ਪਤਾ ਕੌਡੀ ਚੱਲਦੀ ਹੈ, ਮੈਚ ਜਿੱਤੇ ਜਾਂਦੇ ਨੇ। ਹਾਂਜੀ ਹਾਂਜੀ, ਕਬੱਡੀਆਂ ਸਾਡੀਆਂ 2 ਦੀ ਜਗ੍ਹਾ 3 ਸੀਗੀਆਂ ਜੀ, ਆਮ ਇੱਕ ਕਬੱਡੀ ਹੁੰਦੀ ਸੀ ਉਦੋਂ ਲੋਕਾਂ ਕੋਲ, 3 ਰੇਡਰ ਸੀ, 3 ਰੇਡਰ ਸੀਗੇ ਜੀ ਅਸੀਂ ਜੀ। ਅਤੇ ਫਿਰ ਪਿੰਡ ਦੀ ਟੀਮ ਤੋਂ ਇਲਾਵਾ ਤੁਸੀਂ ਹੋਰ ਕਿਹਦੇ ਵੱਲੋਂ ਖੇਡੇ ਹੋ? ਪਿੰਡ ਤੋਂ ਬਿਨਾਂ ਜੀ ਮੈਨੂੰ ਮੌਕਾ ਮਿਲਿਆ ਬਿਜਲੀ ਬੋਰਡ ਕੰਨੀਓ ਖੇਡਣ ਦਾ ਵੀ, ਮੰਡੀਕਰਨ ਬੋਰਡ ਕੰਨੀਓ ਵੀ ਖੇਡਿਆ ਅਸੀਂ ਜੀ, ਅਤੇ ਇਹ ਤੋਂ ਬਿਨਾਂ ਜੀ ਮੈਂ ਕੋਲਡ ਕੰਨੀਓ ਵੀ ਖੇਡਿਆ ਫੌਜੀ ਨਾਲ ਜੀ, ਫੌਜੀ ਨਾਲ, ਹਾਂਜੀ ਫੌਜੀ ਸਾਡੇ ਨਾਲ ਵੀ ਖੇਡਿਆ ਜੀ, ਅਤੇ ਅਸੀਂ ਫੌਜੀ ਨਾਲ ਵੀ ਖੇਡੇ ਹਾਂ ਕਿ ਜਿਵੇਂ ਮਤਲਬ ਬਾਹਰ ਕਿਤੇ ਖੇਡਣ ਜਾਣਾ। ਹਾਂਜੀ ਹਾਂਜੀ, ਯੂਪੀ ਦੇ ਮੈਚ ਫੌਜੀ ਛੱਡਣਾ, ਜਿਵੇਂ ਇੱਧਰ ਕਿਤੇ ਅਸੀਂ ਲੰਘ ਦੇ ਟੂਰਨਾਮੈਂਟ ਹੋ ਗਿਆ, ਇੱਕ ਦੋ ਟੂਰਨਾਮੈਂਟ ਹੋਣ ਜਿਹੜੇ ਮਤਲਬ ਅਸੀਂ ਮੈਂ ਕੋਲਡ ਕੰਨੀਓ ਵੀ ਖੇਡਿਆ ਜੀ ਜੀ। ਅਤੇ ਓਪਨ ਦੇ ਮੈਚ ਨੇ ਜਿਹੜੇ ਉਹ ਤੁਹਾਡੇ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਖੜਕਦੇ ਸੀ ਉਸ ਟਾਈਮ ਪੂਰੇ? ਓਪਨ ਦੇ ਮੈਚ ਜੀ ਉਦੋਂ ਜੀ ਜੇ ਧਰਮਾਂ ਜੀ ਗੱਲ ਕਰੀਏ ਬਹੁਤ ਹੀ ਵਧੀਆ ਟੀਮਾਂ ਸੀਗੀਆਂ, ਟੀਮਾਂ ਦੇ ਸਾਰੀਆਂ 'ਚ ਪਿਆਰ ਵੀ ਬਹੁਤ ਵਧੀਆ ਸੀਗਾ ਜੀ ਜੀ। ਅਤੇ ਜੇ ਇੱਧਰਲੇ ਏਰੀਏ ਦੀ ਗੱਲ ਕਰ ਲੈਂਦੇ ਜੀ ਆਪਾਂ, ਮੋਗਾ ਸਾਈਡ ਤੋਂ ਇੱਥੋਂ ਚੂੜ ਚੱਕ ਵਧੀਆ ਸੀਗੀ ਜੀ, ਗਾਲੋ ਵਧੀਆ ਸੀ। ਕਿਹੜੇ ਖਿਡਾਰੀ ਇਹਨਾਂ ਦੇ ਜੀ? ਚੂੜ ਚੱਕ ਬਾਜ ਅਤੇ ਬੈਲੀ ਜੀ ਅਤੇ ਮੇਨ ਸੀਗੇ ਜੀ। ਇੱਧਰ ਆਪਣਾ ਸੀਗਾ ਜੀ ਮੰਦਰ ਅਤੇ ਸ਼ੇਰਪੁਰੇ ਵਾਲਾ ਮੁੰਡਾ ਸੀਗਾ, ਉਹਦਾ ਜਾਫੀ ਜੀ ਸ਼ੇਰਪੁਰੇ ਦਾ, ਅਤੇ ਕੁਛ ਲੋਪ ਵਾਲੇ ਗੱਗੀ ਨੇ ਵੀ ਇਹਦੇ 'ਚ ਖੇਡਿਆ ਜੀ ਕੁਛ ਸਮਾਂ, ਕਿਉਂਕਿ ਉਦੋਂ ਇੱਕ ਪਲੇਅਰ ਹੀ ਖੇਡਦਾ ਹੁੰਦਾ ਸੀਗਾ ਜੀ। ਹਾਂਜੀ, ਅੱਜ ਕੱਲ੍ਹ ਤਾਂ 3-4 ਖੇਡੀ ਜਾਂਦੇ ਆ। ਹਾਂਜੀ ਹਾਂਜੀ, ਇੱਕ ਪਲੇਅਰ ਖੜਾ ਲੈਂਦੇ ਜਾਂ ਕਲੱਬ ਕਹਿੰਦੇ ਰਜਿਸਟਰੀ ਦਿਖਾ ਦਿਓ, ਜਾਂ ਕਹਿੰਦੇ ਵੀ ਇੱਕ ਖੜਾ ਲਓ ਜੀ, ਐਂ ਹੁੰਦਾ ਸੀਗਾ ਜੀ। ਅਤੇ ਜੇ ਇੱਧਰਲੇ ਏਰੀਏ ਦੀ ਗੱਲ ਕਰਦੇ ਹਾਂ ਜੀ ਆਪਣੇ ਦੀ, ਇੱਧਰ ਨੰਨੂ ਪੱਤੋਂ ਆਉਣ ਵਾਲੇ, ਇਹਨਾਂ ਦਾ ਵੀ ਬਹੁਤ ਵਧੀਆ ਮੈਚ ਲਾਏ ਨੇ ਜੀ ਅਸੀਂ। ਆਪਣੇ ਇਲਾਕੇ ਦੀਆਂ ਟੀਮਾਂ ਤਾਂ ਜੀ ਬਹੁਤ ਹੀ ਵਧੀਆ ਟੀਮ ਆ, ਪਹਿਲਾਂ ਤਾਂ ਸੀਹਾਂ ਦਾ ਉਹਦੀ ਜਦੋਂ ਅਸੀਂ ਪਹਿਲੀ ਵਾਰੀ ਹੋਇਆ ਸੀ, ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਵੀ ਅਸੀਂ ਵਧੀਆ ਟੀਮ ਹਰਾਈ ਆ। ਅਤੇ ਸੀਹਾਂ ਦਾ ਹੋ ਗਈ ਜੀ, ਆਪਣੇ ਬਿਰਧਨੂ ਦੀ ਟੀਮ ਵਧੀਆ ਸੀਗੀ ਜੀ। ਹਾਂਜੀ, ਮਤੋਈ ਵਾਲੇ ਬੰਤ ਹੋਣੇ, ਮਰੂਤੀ ਦੇ ਨਾਂ 'ਤੇ ਮਸ਼ਹੂਰ ਹੋਇਆ ਮੁੰਡਾ, ਵਧੀਆ ਆਪਣਾ, ਸਭ ਤੋਂ ਵੱਡਾ ਹੀ ਵੈਸੇ ਉਹ। ਹਾਂਜੀ, ਅਤੇ ਮਤੋਈ ਹੋ ਗਈ ਜੀ, ਅਤੇ ਇੱਧਰ ਜੇ ਚੱਲੀਏ ਜੀ ਮਾਰਿੰਦਰ ਘਲੋਟੀ, ਅਤੇ ਆਪਣੀਆਂ ਹੋ ਗਈ ਨੀਲੋਂ ਬਲਜਿੰਦਰ ਹੋਣੇ ਹੋ ਗਏ ਜੀ। ਹਾਂਜੀ ਹਾਂਜੀ, ਅਤੇ ਇਹ ਟੀਮਾਂ ਹੋ ਗਈਆਂ ਜੀ ਜੀ। ਅਤੇ ਇੱਧਰ ਫੁੱਲਾਂ ਦੇ ਵਿੱਚ ਬਾਜੀ ਹੋਣੇ ਖੇਡਦੇ ਹੁੰਦੇ ਜੀ ਜੰਡ ਵਾਲੇ, ਇੱਧਰ ਜਾਂ ਮਾਲਵਾ ਕਾਲਜ ਸਮਰਾਲਾ ਜੀ, ਇੱਧਰਲੇ ਜਾਣੀ ਇਹ ਸਾਰੇ ਕੋਨਿਆਂ ਦੇ ਵਿੱਚ ਜਿੱਧਰ ਜਿੱਧਰ ਮਤਲਬ ਅਸੀਂ ਜਿੱਤੇ ਹਾਂ ਜੀ ਇੱਥੋਂ ਮੈਚ ਵਧੀਆ ਜੀ। ਹਾਂਜੀ ਹਾਂਜੀ, ਅਤੇ ਬਾਹਰਲੇ ਮੁਲਕ ਫਿਰ ਤੁਸੀਂ ਕਿੱਥੇ ਕਿੱਥੇ ਖੇਡੇ ਅਤੇ ਬਣਿਆ ਸਬੱਬ ਕੋਈ? ਹਾਂਜੀ, ਵੈਸੇ ਤਾਂ ਅਸੀਂ ਗਏ, ਚਲੋ ਕੁਦਰਤ ਦੀ ਹੁੰਦਾ ਜੀ ਅੰਜਲ ਦਾ ਹੁੰਦਾ ਖੇਡਾਂ ਵੀ, ਜਿੱਥੇ ਕਿਤੇ ਜਾਣਾ ਤੁਸੀਂ ਉੱਥੇ ਦਾਣਾ ਪਾਣੀ ਖਾਣਾ ਹੀ ਪੈਣਾ। ਹਾਂਜੀ ਹਾਂਜੀ, ਅਤੇ ਉੱਥੇ ਕੋਰੀਆ ਦੇ ਵਿੱਚ ਅਮੈਰੀਕਾ ਤੋਂ ਕੋਈ ਆਇਆ ਸੀਗਾ ਜੀ, ਕੋਈ ਸੰਗਠਨ ਆਇਆ ਸੀ 20 ਬੰਦਿਆਂ ਦਾ ਅਮੈਰੀਕਾ ਤੋਂ, ਉਹਨਾਂ ਨੇ ਉੱਥੋਂ ਜਦੋਂ ਮਤਲਬ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਵੀ ਮਤਲਬ ਇੰਡੀਅਨ ਬੰਦੇ ਕੰਮ ਕਰਦੇ ਹੈਗੇ, ਇੰਡੀਆ ਦੇ ਲੋਕ ਇੱਥੇ ਆਏ ਆ। ਹਾਂਜੀ,
ਤੇ ਉਹਨਾਂ ਨੇ ਉਹ ਸੰਸਥਾ ਨਾਲ ਗੱਲ ਕਰਕੇ ਵੀ ਇੱਥੇ ਤੁਸੀਂ ਇਹਨਾਂ ਦੀ ਇੱਕ ਗੇਮ ਆ ਕਬੱਡੀ ਵੀ ਉਹ ਅਮੈਰੀਕਾ ਵੀ ਕੈਨੇਡਾ ਵੀ ਬਹੁਤ ਸੋਹਣੀ ਗੇਮ ਆ ਹਾਂਜੀ ਤੇ ਚਲੋ ਮੁੰਡੇ ਨੇ ਇੱਕ ਨੇ ਕੋਸ਼ਿਸ਼ ਕਰਕੇ ਸਾਡੇ ਨਾਲ ਕੰਟੈਕਟ ਕਰਕੇ ਫਿਰ ਦੋ ਟੀਮਾਂ ਬਣਾਉਣੀਆਂ ਸੀਗੀਆਂ ਸਨਕ ਸੈਲ ਸੀਗਾ ਉੱਥੇ ਉਹਨਾਂ ਦੇ ਜਿਹੜਾ ਸਕੂਲ ਦਾ ਗਰਾਊਂਡ ਸੀ ਉਹ ਉਹਨਾਂ ਨੇ ਅਮੈਰੀਕਾ ਅਮਰੀਕਾ ਨੇ ਉਹਨਾਂ ਨੇ ਮਤਲਬ ਜਗ੍ਹਾ ਲਈ ਉੱਥੇ ਹਾਂਜੀ ਜਿਵੇਂ ਵੀ ਲਈ ਹੋਊਗੀ ਤੇ ਸਾਨੂੰ ਮੁੰਡਿਆਂ ਨੂੰ ਇਕੱਠੇ ਕਰਕੇ ਸਾਡਾ ਉੱਥੇ ਕੋਰੀਆ ਦੇ ਵਿੱਚ ਸੁਭਾਵ ਬਣਾਇਆ ਜੀ ਇੱਕ ਵਧੀਆ ਮੈਚ ਲਾਇਆ ਉਹ ਪਰਮਾਤਮਾ ਦੀ ਕਿਰਪਾ ਨਾਲ ਕਿਹੜੇ ਸੰਨ 'ਚ ਹੋਇਆ ਸੀ ਇਹ ਜੀ ਹੈਗੀ ਆ ਗੱਲ 96 ਦੀ ਜੀ 96 ਦੇ ਵਿੱਚ ਹਾਂ ਆਪਣੇ ਸਾਰੰਗ ਸ਼ਹਿਰ ਆ ਜੀ ਜੀ ਸੋਲ੍ਹਾਂ ਮੈਚ ਲਾਇਆ ਜੀ ਅਸੀਂ ਤਕਰੀਬਨ ਮੁੰਡੇ ਤਾਂ ਸਾਰੇ ਇੰਡੀਆ ਦੇ ਸੀਗੇ ਟੀਮਾਂ ਦੋ ਬਣਾ ਲਈਆਂ ਸੀ ਜੀ ਹਾਂਜੀ ਮਤਲਬ ਕਿ ਕੋਰੀਆ ਦੇ ਵਿੱਚ ਹੀ ਖੇਡਿਓ ਕੱਲਾ ਤੁਸੀਂ ਹਾਂਜੀ 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 ਜੀ ਅਤੇ ਫਿਰ ਗਰਾਊਂਡਾਂ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਕੁਛ ਕੁ ਯਾਦਾਂ ਕੌੜੀਆਂ ਮਿੱਠੀਆਂ ਕਿਉਂਕਿ ਟੌਪ ਦੇ ਮੈਚ ਵੀ ਅਤੇ ਵਿੱਚ ਕੁਛ ਠੰਡੇ ਵੀ ਰਹਿ ਜਾਂਦੇ ਨੇ ਹਾਂਜੀ ਉਹਨਾਂ ਦਾ ਜ਼ਿਕਰ ਹੈ ਜਿਹੜਾ ਉਂਗਲਾਂ 'ਤੇ ਗਿਣੇ ਜਾਣ ਵਾਲੇ ਮੈਚਾਂ ਦਾ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਕਰੋ ਜੀ ਮੈਚ ਤਾਂ ਜੀ ਧਰਮ ਆ ਜੀ ਜਿਹੜਾ ਪਲੇਅਰ ਹੁੰਦਾ ਉਹਦੇ ਸਾਰੇ ਹੀ ਵਧੀਆ ਲੱਗਦੇ ਨੇ ਅਤੇ ਮਾੜੇ ਵੀ ਲੱਗਦੇ ਨੇ ਤੁਹਾਨੂੰ ਪਤਾ ਇੱਦਾਂ ਦੇ ਹੁੰਦੇ ਨੇ ਕਦੇ ਕੋਈ ਜੱਫੇ ਪੈ ਗਏ ਕਿਤੇ ਸੋਹਣੀਆਂ ਕੌਡੀਆਂ ਪਾਤੀਆਂ ਹਾਂਜੀ ਹਾਂਜੀ ਇਹੋ ਜਿਹੇ ਮੈਚ ਤਾਂ ਜੀ ਮਤਲਬ ਜਿਵੇਂ ਲਾ ਲਓ ਜੀ ਜਿਹੜੇ ਜਿਹੜੇ ਮਤਲਬ ਹੁਣ ਟੂਰਨਾਮੈਂਟ ਦੇ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਜੀ ਮਤਲਬ ਹੁਣ ਨਾਮ ਆ 1.75 ਹੋ ਗਿਆ ਉਹੋ ਜਿਹੇ ਟੂਰਨਾਮੈਂਟ ਦਾ ਤੁਹਾਨੂੰ ਮੈਂ ਜ਼ਿਕਰ ਦੱਸਦਾ ਜੀ ਜਿਵੇਂ ਭਿੰਡਰਾਂ ਦਾ ਟੂਰਨਾਮੈਂਟ ਆ ਜੀ ਅਸੀਂ ਜਿੱਤਿਆ ਜੀ ਉਹ ਜੀ ਕਿਵੇਂ ਕਿਹਦੇ ਨਾਲ ਮੈਚ ਸੀ ਕਿਸ ਤਰ੍ਹਾਂ ਯਾਦ ਕਰੀਏ ਜੋ ਕਿਹੜੇ ਸੰਨ 'ਚ ਸੀ ਇਹ ਸੀਗਾ ਜੀ ਮੇਰੇ ਹਿਸਾਬ ਨਾਲ 92 ਦੇ ਵਿੱਚ ਸੋਊਗਾ ਜੀ ਮੈਚ ਇਹ 92 ਦੇ ਵਿੱਚ ਜਾਣੀ ਪਹਿਲੀ ਵਾਰੀ ਅਸੀਂ ਆਪਦੀ ਜ਼ਿੰਦਗੀ ਵਿੱਚ 90 ਟੀਮਾਂ ਸੀ ਜਿਹੜੀਆਂ ਐਂਟਰ ਹੋਈਆਂ ਹੋਈਆਂ ਦੇਖੀਆਂ ਸੀ ਵੀ 90 ਟੀਮਾਂ ਇਕੱਲੀਆਂ ਕਲੱਬ ਦੀਆਂ ਨੇ ਓ ਹਾਂਜੀ ਵਾਹ ਜੀ ਵਾਹ ਅਤੇ ਅਸੀਂ ਪਹਿਲੇ ਦਿਨ ਖੇਡੇ ਜੀ ਅਸੀਂ 4-5 ਟੀਮਾਂ ਨੂੰ ਹਰਾਇਆ ਅਤੇ ਸ਼ਾਮ ਨੂੰ ਆਪਣੇ ਏਰੀਏ ਦੇ ਵਿੱਚ ਮੈਚ ਸੀਗਾ ਕੋਈ ਅਸੀਂ ਚਲੋ ਉੱਥੇ ਦੇ ਪਲੇਅਰਾਂ ਨੂੰ ਹਰਜੀਤ ਵੀ ਉੱਥੇ ਸੀਗਾ ਜੀ ਅਤੇ ਅਸੀਂ ਉੱਥੇ ਕੋਈ ਵੀ ਚਲੋ ਕਿਰਾਇਆ ਲੈ ਲੈਂਦੇ ਹਾਂ ਅਸੀਂ ਭਿੰਡਰਾਂ ਨੂੰ ਦਿੰਦੇ ਹੁੰਦੇ ਸੀ ਕਿਰਾਇਆ ਹਾਂਜੀ ਕਿਰਾਇਆ ਲਓ ਕਿਹੜਾ ਇੱਥੇ ਕੱਲ੍ਹ ਨੂੰ 40-50 ਹੋਰ ਨੇ ਕਿਹੜਾ ਟੱਕਰਾਂ ਮਾਰੂਗਾ ਹਾਂਜੀ ਅਤੇ ਸਾਨੂੰ ਉਹ ਪਲੇਅਰਾਂ ਨੇ ਹਰਜੀਤ ਕੋਲ ਖੜਾ ਸੀਗਾ ਉਹਨਾਂ ਨੇ ਕਿਹਾ ਕਹਿੰਦਾ ਯਾਰ ਸਾਰਿਆਂ ਨੂੰ ਵਧੀਆ ਅੱਖ ਉੱਥੇ ਟਰਨ ਟੂ ਰੇਡ ਇੱਕ ਹੀ ਹੁੰਦੀ ਹੈ ਜੀ ਮਤਲਬ ਟਰਨ ਟੂ ਟਰਨ ਇੱਕ ਹੀ ਇੱਕ ਪਲੇਅਰ ਪਾਊਗਾ ਜੀ ਬਦਲਵੀਂ ਕਬੱਡੀ ਜਿਹਨੂੰ ਕਹਿੰਦੇ ਆਪਾਂ ਬਦਲਵੀਂ ਕਬੱਡੀ ਹਾਂਜੀ ਅਤੇ ਉਹ ਹਰਜੀਤ ਵੀ ਕੋਲ ਖੜਾ ਸੀ ਉਹ ਮੁੰਡੇ ਜੌੜੇ ਨੇ ਉਹਨਾਂ ਉਹ ਕਹਿੰਦੇ ਵੀਰੇ ਯਾਰ ਤੁਸੀਂ ਸਾਡੇ ਤੋਂ ਕਿਰਾਇਆ ਮੰਗੀ ਜਾਂਦੇ ਹੋ ਵੀ ਸਾਨੂੰ ਸਾਰਿਆਂ ਨੂੰ ਵੱਧ ਦੱਸਾਂ ਕੰਗਾਲ ਦੀ ਟੀਮ 'ਤੇ ਨੇ ਜਿਹੜੀ ਤੁਹਾਡੇ ਕੋਲ ਦੋ ਨਹੀਂ ਤੁਹਾਡੇ ਕੋਲ ਤਿੰਨ ਰੇਡਾਂ ਨੇ ਹਾਂਜੀ ਕਿਉਂਕਿ ਆਮ ਵੀ ਤਾਂ ਖੇਡਦੇ ਹੁੰਦੇ ਸੀ ਅਸੀਂ ਹਾਂਜੀ ਸਾਡਾ ਸਿਸਟਮ ਇਹੀ ਹੁੰਦਾ ਸੀ ਚਾਹੇ ਜੱਫਾ ਲੱਗ ਜਾਏ ਚਾਹੇ ਨਾ ਲੱਗੇ ਜਿਹੜੀ ਰੇਡਾ ਟਰਨ ਟੂ ਟਰਨ ਨਹੀਂ ਪਊ ਜੀ ਹਾਂਜੀ ਅਤੇ ਚਲੋ ਜੀ ਨਹੀਂ ਦਿੱਤਾ ਫਿਰ ਦੂਜੇ ਦਿਨ ਸਾਨੂੰ ਖੇਡਣਾ ਪਿਆ ਜੀ ਖੇਡ ਕੇ ਪਰਮਾਤਮਾ ਨੇ ਕਿਰਪਾ ਕਰੀ ਅਸੀਂ ਜੀ ਫਾਈਨਲ 'ਚ ਪਹੁੰਚੇ ਸਾਡਾ ਫਾਈਨਲ ਮੈਚ ਜਿਹੜਾ ਗਾਲਬਨਾ ਵੀ ਤੋਂ ਪਹਿਲਾਂ ਲੱਗਿਆ ਸਹੀ ਫਾਈਨਲ ਮੈਚ ਉਹ ਹਰਾਏ ਅਸੀਂ ਅਤੇ ਇਹ ਕਿੰਦੂ ਨਾਲ ਫਾਈਨਲ ਮੈਚ ਹੋਇਆ ਜੀ ਸਾਡਾ ਜੀ ਅਤੇ ਮੈਚ ਬਹੁਤ ਵਧੀਆ ਚੱਲਿਆ ਜੀ ਕਿਰਪਾ ਨਾਲ ਪਰਮਾਤਮਾ ਦੇ ਨਾਂ 'ਤੇ ਅਤੇ ਉੱਧਰੋਂ ਉਹ ਵੀ ਦੋ ਰੇਡਰ ਸੀਗੇ ਇੱਧਰ ਮੈਂ ਅਸੀਂ ਅਤੇ ਮੈਂ ਅਤੇ ਨਿੰਮਾ ਸੀਗੇ ਉਹ ਕੀ ਕਿਹੜੀ ਟੀਮ ਸੀ ਜੀ ਕਿਹੜੇ ਖਿਡਾਰੀ ਸੀ ਉਹ 'ਚ ਉਹ ਸੀਗਾ ਜੀ ਕਿੰਦਾ ਸੀਗਾ ਮੇਨ ਰੇਡਰ ਉਹਨਾਂ ਦਾ ਇੱਕ ਮੁੰਡਾ ਸਾਹਿਬ ਗੀਤਾ ਸੀਗਾ ਅਤੇ ਉਹਨਾਂ ਜਿਹੜੇ ਜਾਫੀ ਸੀ ਨਾਣੂ ਹੋਣੇ ਸੀਗੇ ਪੂਰੇ ਟੌਪ ਦੇ ਜਾਫੀ ਨੇ ਜੀ ਉਹ ਉਸ ਟਾਈਮ ਵੀ ਵਧੀਆ ਸੀ ਅਤੇ ਹੁਣ ਵੀ ਤੁਹਾਨੂੰ ਪਤਾ ਹੀ ਉਹਨਾਂ ਦੀ ਟੀਮ ਕਿਹੜੀ ਸੀ ਜੀ ਬਿਹਾਰੀਪੁਰ ਜੀ ਹਾਂ ਬਿਹਾਰੀਪੁਰ ਹਾਂਜੀ ਬਿਹਾਰੀਪੁਰ ਬਿਹਾਰੀਪੁਰ ਦੇ ਪਲੇਅਰ ਸੀਗੇ ਫਾਈਨਲ ਮੈਚ ਇਹਨਾਂ ਦਾ ਸੀਗਾ ਅਤੇ ਅੱਧੇ 65 'ਤੇ ਅਸੀਂ ਫਿਰ ਉਹ ਮੈਚ ਲੂਜ਼ ਹੋਇਆ ਜੀ ਅਸੀਂ ਹਰੇ ਸੈਕਿੰਡ ਆਏ ਜੀ ਹਾਂਜੀ ਅੱਧੇ ਪੁਆਇੰਟ ਦੇ ਕਿਵੇਂ ਮਤਲਬ ਕਿ ਕੋਈ ਜੱਫੇ ਦਾ ਫਰਕ ਸੀ ਜਾਂ ਕੋਈ ਕਬੱਡੀ ਦਾ ਸੀ ਕੀ ਗੱਲਬਾਤ ਸੀ ਇਹ ਅੱਧੇ ਪੈਣ ਦਾ ਜੀ ਇਹ ਸਭ ਤੋਂ ਵੱਡੀ ਲੱਕ ਆ ਜਾਂਦੀ ਹੈ ਜੀ ਕਬੱਡੀ ਦੇ ਵਿੱਚ ਜੀ ਜਿਵੇਂ ਹੁਣ ਰੇਡਰ ਦੋ ਬਹੁਤ ਹੀ ਵਧੀਆ ਨੇ ਚਾਰ ਰੇਡਰ ਹੀ ਵਧੀਆ ਹੋ ਗਏ ਹੁਣ ਜਿਹੜੀ ਲੱਕ ਆ ਉਹਨੇ ਭਿੜਨਾ ਜਿਹਦੀ ਡੇਢ ਰੇਡ ਪਹਿਲਾਂ ਮਤਲਬ ਟਾਸ ਆ ਗਈ ਜੀ ਜਿਵੇਂ ਸਾਡਾ ਜਾਫੀ ਕੋਈ ਜਾਂਦਾ ਹੁੰਦਾ ਸੀਗਾ ਟਾਸ ਕਰਾਉਣ ਮੈਂ ਲੰਮਾ ਪਰਾਂ ਵਰਮ ਅਪ ਹੁੰਦੇ ਹੁੰਦੇ ਸੀਗੇ ਇਹ ਜੇ ਟਾਸ ਨਿਕਲੇ ਨਾ ਜੇ ਸਾਡੀ ਰੇਡ ਹੈ ਜੀ ਹਾਲਾਂਕਿ ਜਾਫੀਆਂ ਤਾਂ ਫੜਨ 'ਤੇ ਖੜਨ ਉਹ ਇਹ ਹੁੰਦਾ ਸੀ ਸਾਡੇ ਕੋਲ ਰੇਡਰ ਨੇ ਘੋੜਿਆਂ ਅਰਗੇ ਵੀ ਸਾਡੀ ਲੱਕ ਹੈ ਇਹ ਉੱਧਰ ਉਹ ਲੱਕ ਫਿਰ ਕਿੰਦੂ ਨੂੰ ਗਈ ਜੀ ਉਹ ਪਹਿਲੀ ਉਹਦੀ ਸੀਗੀ ਅਤੇ ਮੈਚ ਦਾ ਆਨੰਦ ਲੋਕਾਂ ਨੇ ਲਿਆ ਬਹੁਤ ਵਧੀਆ ਖੜਕਮਾ ਲੱਗਿਆ ਪਰ ਜਿਹੜੀ ਅੱਧਾ ਵਾਲਾ ਕੰਮ ਸੀ ਉਹ ਸਾਨੂੰ ਝੱਲਣਾ ਹੀ ਪੈਣਾ ਵੀ ਚਲੋ ਭੱਜਦੇ ਅਤੇ ਹਰ ਗਏ ਬਹੁਤ ਮੈਚ ਲੂਜ਼ ਕਰੇ ਆ ਜੀ ਨਹੀਂ ਉਹਦਾ ਮਤਲਬ ਕਿ ਜੱਫਾ ਲੱਗਿਆ ਤੋਂ ਨਹੀਂ ਬਸ ਨਹੀਂ ਜੀ ਨਹੀਂ ਕੋਈ ਜੱਫਾ ਤੋਂ ਬਸ ਨਾ ਉਹਨਾਂ ਨੂੰ ਸ਼ੁਰੂ ਪੁਆਇੰਟ ਤਾਂ ਕਈ ਚੱਲੀ ਆ ਹਾਂਜੀ ਐਂ ਚੱਲੀ ਗਏ ਬਹੁਤ ਆਨੰਦ ਲਿਆ ਜੀ ਦਰਸ਼ਕਾਂ ਨੇ ਅਤੇ ਕੋਈ ਹੋਰ ਮੈਚ ਹੈ ਇੱਦਾਂ ਦਾ ਜੀ ਹੋਰ ਮੈਚ ਜੀ ਤੁਹਾਨੂੰ ਮੈਂ ਦੱਸ ਦਿੰਦਾ ਸਾਡੇ ਗਵਾਂਢੀ ਪਿੰਡ ਹੀ ਇੱਥੇ ਬੜੂੰਦੀ ਅਤੇ ਬੜੂੰਦੀ ਪਿੰਡ ਦਾ ਮੈਚ ਸੀਗਾ ਮਤਲਬ ਇੱਥੇ ਇੱਕ ਪਿੰਡ ਸੀਗੀ ਜੀ ਬੜੂੰਦੀ ਜੀ ਅਤੇ 2 ਵਜੇ ਤੱਕ ਗਹਿਮਾ ਗਹਿਮੀ ਹੋਈ ਟੀਮਾਂ ਆਈ ਗਈਆਂ ਅਤੇ 2 ਵਜੇ ਜੀ ਇਹ ਸੰਸਥਾ ਆ ਗਈ ਪੂਰੀ ਦੀ ਪੂਰੀ ਪੈਸੂ ਫਰੀਦਕੋਟ ਜੀ ਅਤੇ ਪਲੇਅਰ ਬਦਲਵੇਂ ਸੀਗੇ ਇਹਨਾਂ ਦੇ ਵਿੱਚ ਅਤੇ ਟੀਮਾਂ ਨੇ ਰੌਲਾ ਜਿਹਾ ਪਾਇਆ ਕਮੇਟੀ ਵਾਲੇ ਕੋਲ ਜਾ ਕੇ ਵੀ ਯਾਰ ਇੱਥੇ ਤਾਂ ਪਿਓਰ ਪਿੰਡ ਆ ਕਮੇਟੀ ਵਾਲਿਆਂ ਨੂੰ ਇੰਨੇ ਵਧੀਆ ਪਲੇਅਰ ਆ ਗਏ ਜੀ ਉਹ ਕਹਿੰਦੇ ਸਾਡੀ ਤਾਂ ਸੰਸਥਾ ਅਸੀਂ ਤਾਂ ਕਮੇਟੀ ਨੂੰ ਹੱਕ ਆ ਜੀ ਅਦਕਾਲ ਕਹਿੰਦੇ ਸੰਸਥਾ ਹੀ ਖੇਡੂ ਤੁਸੀਂ ਬਣਾ ਲਓ ਠੀਕ ਹੈ ਜੀ ਹੁਣ ਅਸੀਂ ਕੀ ਬਣਾਉਣਾ ਸੀਗਾ ਜੀ ਤਾਂ ਕੰਗਾਂ ਵਾਲੇ ਸੀਗੇ ਅਸੀਂ ਸਾਡੇ 'ਚ ਮੰਦੀ ਵਿੱਚ ਬੰਦਾ ਹੈਗਾ ਸੀ ਬਾਰਲਾ ਸੰਕਲ ਵਾਲਾ ਅਤੇ ਪਹਿਲਾ ਹੀ ਮੈਚ ਉਹ ਫਰੀਦਕੋਟ ਸੰਸਥਾ ਅਤੇ ਕੰਗਾਂ ਵਾਲਾ ਕਲੱਬ
ਤੋਚੀ ਕਾਲੇ ਸਿੰਘੇ ਵਾਲਾ ਜੀ, ਜਾਫੀ ਸਾਹਿਬ ਕਾਲੇ ਸਿੰਘ ਵਾਲਾ ਤੀਰਥਾ ਸੀਗਾ ਅਤੇ ਇੱਕ ਜਾਫੀ ਸੀਗਾ ਜੀ, ਕਾਲਾ ਹੀ ਸੀ ਆਪ, ਇੱਕ ਸਾਹਿਬ ਦੀਨਾ ਸਾਹਿਬ ਵਾਲਾ ਭੀਮਾ ਸੀਗਾ ਜੀ। ਚਲੋ ਜੀ, ਮੈਂ ਲਾਸ ਹੋਇਆ ਵਿੱਚ ਆ ਗਿਆ, ਸਾਰੀਆਂ ਟੀਮਾਂ ਆਹਮਣੇ ਸਾਹਮਣੇ ਹੋਈਆਂ, ਪਹਿਲੀ ਰੇਡ ਉਹ ਜੀ ਟਾਸ ਵਾਲਾ ਕੰਮ ਹੋ ਗਿਆ, ਪਹਿਲੀ ਰੇਡ ਹਰਜੀਤ ਦੀ ਜੀ। ਚਲੋ ਜੀ, ਪਹਿਲੀ ਰੇਡ ਹਰਜੀਤ ਪਾਉਣ ਆਇਆ, ਸਾਡੇ ਪਿੰਡ ਦਾ ਮੁੰਡਾ ਇੱਕ ਬੋਲਾ ਵਧੀਆ, ਸਾਡੇ ਇਲਾਕੇ ਦਾ ਟੂਰਨਾਮੈਂਟ ਹੀ ਹੈ ਅਤੇ ਇਹਨੇ ਪਤੰਦਰ ਨੇ ਉਹੀ ਇਹਦੀ ਆਦਤ ਹੁੰਦੀ ਸੀ ਨਾ, ਹਜੇ ਹਰਜੀਤ ਨੇ ਐਕਸਚੇਂਜ ਕਰਨਾ ਹੀ ਸੀਗਾ, ਜਾਨੂੰ ਪਤੰਦਰ ਨੇ ਗੁੱਟ ਫੜ ਕੇ ਜਾਣੀ ਕੈਂਚੀ ਦੋਏ ਲੱਤਾਂ 'ਚ ਪੈ ਗਈ, ਜੇ ਕਿਤੇ ਮਤਲਬ ਇੱਕ 'ਚ ਜਾਣੀ ਹਰਜੀਤ ਬਾਅਦ ਦੇ ਵਿੱਚ ਉਹਦੇ ਨੇ ਦੇਖ ਕੇ ਮੁਸਕੜੀਆਂ ਹੱਸਿਆ ਆਇਆ ਵੀ ਐਵੇਂ ਨਹੀਂ ਸਲਾਰੂ ਜੀ ਕੰਗਾਂ ਵਾਲੇ ਰੋਜ਼ ਇੱਧਰ ਪੈਂਦਾ ਨੇ, ਇਹ ਖੌਫਰਾ ਨਹੀਂ ਜਾਣੀ ਲੱਗਿਆ ਸਾਡਾ ਬੰਦਾ ਜੀ ਵੀ ਇਹ ਹਰਜੀਤ ਆ, ਉਹਨੇ ਆਪਦੀ ਕਲਾ ਨਾਲ ਜਿਹੜਾ ਕੰਮ ਕਰ ਦਿੰਦਾ ਸੀ ਉਹ ਕਰਿਆ, ਪਰ ਨਹੀਂ ਜੀ। ਅਤੇ ਮੈਂ ਚੱਲਿਆ ਜੀ ਇੱਧਰੋਂ, ਮੈਂ ਨਿੰਮਾ ਚੱਲੇ ਉੱਧਰੋਂ, ਕਾਲਾ ਆਪਣੇ ਤੋਚੀ ਸੀਗਾ ਜੀ ਜੂੜੇ ਵਾਲਾ ਪਲੇਅਰ, ਅਤੇ ਕਿਰਪਾ ਰਹੀ ਪਰਮਾਤਮਾ ਦੀ ਦੋਹਾਂ ਪਾਸੇ ਜੱਫਾ ਹੀ ਨਹੀਂ ਕੋਈ, ਅੱਧੇ ਤਾਂ ਫਿਰ ਅਸੀਂ ਹਰ ਗਏ ਜੀ, ਪਹਿਲਾਂ ਮੈਚ ਹੀ ਹਰ ਕੇ ਘਰ ਨੂੰ ਆ ਗਏ, ਪਰ ਸਾਡੇ ਇਲਾਕੇ ਦਰਸ਼ਕਾਂ ਦੇ ਮੈਚ ਹੁਣ ਵੀ ਯਾਦ ਆ ਜੀ। ਇਹ ਹੋਇਆ ਕਦੋਂ ਸੀ ਜੀ? ਇਹ ਜੀ 92-92 ਦੀ ਗੱਲ ਹੀ ਆ। ਹਾਂਜੀ ਹਾਂਜੀ। ਅਤੇ ਕੋਈ ਹੋਰ ਮੈਚ ਇਸ ਤਰ੍ਹਾਂ ਦਾ ਜੀ? ਇਸ ਤਰ੍ਹਾਂ ਦਾ ਜੀ ਮੈਚ, ਹਾਂਜੀ ਇਸ ਤਰ੍ਹਾਂ ਦਾ ਮੈਚ ਹੀ ਤੁਹਾਨੂੰ ਦੱਸਦਾ ਜੀ, ਗੁਜਰਾਲ ਟੂਰਨਾਮੈਂਟ ਸੀਗਾ, ਇਹ ਵੀ ਸਾਡੇ ਨੇੜੇ ਹੀ ਆ ਜੀ। ਅਤੇ ਗੁਜਰਾਲ ਸਿੰਘ ਜੀ 11 ਕੁ ਵਜੇ ਤੋਂ ਕੱਪੜੇ ਲਾ ਕੇ ਖੇਡਣ ਲੱਗ ਗਏ ਜੀ ਇੱਕ ਪਿੰਡ ਓਪਨ, ਅਤੇ ਕਾਫੀ ਟੀਮਾਂ ਹਰਾਈਆਂ ਜੀ, ਜਿਹਦੇ ਵਿੱਚ ਢੈਪੀ ਦੀ ਸਾਂ ਵਾਲਾ ਟੀਮ ਵਧੀਆ ਟੀਮ ਸੀਗੀ। ਹਾਂਜੀ ਹਾਂਜੀ। ਵਾਟਾ ਜਾਫੀ ਬਹੁਤ ਵਧੀਆ ਸੀਗਾ ਜੀ, ਵਧੀਆ ਪਲੇਅਰ ਨੇ ਇਹ। ਹਾਂਜੀ। ਅਤੇ ਜਾਣੀ ਜੀ ਇੱਥੇ ਵੀ ਅਸੀਂ ਫਾਈਨਲ ਚਲੇ ਗਏ ਜੀ, ਡਿੱਗਦੇ ਢਹਿੰਦੇ, ਸਾਡਾ ਫਾਈਨਲ ਮੈਚ ਸੀਗਾ ਜਿਹੜਾ ਉਹ ਸੀਗਾ ਗਾਜੀਪੁਰ ਵਾਲੇ ਲੱਖੇ ਨਾਲ ਜੀ, ਬਹੁਤ ਦੂਰੋਂ ਟੀਮ ਆਈ ਸੀ ਉਹਨਾਂ ਦਾ ਐਂਟਰ ਮੇਰੇ ਹਿਸਾਬ ਨਾਲ ਕਾਲੇ ਸੰਘੇ ਕਰਾਇਆ ਹੋਇਆ ਸੀਗਾ, ਅਤੇ ਖੇਡ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਵੀ ਗਾਜੀਪੁਰੀ ਲੱਖਾ ਜੀ, ਅਤੇ ਫਾਈਨਲ ਮੈਚ ਦੇ ਵਿੱਚ ਤਾਂ ਕੋਈ ਹੁੰਦਾ ਵੀ ਨਹੀਂ ਜੀ। ਅਤੇ ਉਹ ਮੈਚ ਦੇ ਵਿੱਚ ਜਾਫੀ ਸੀਗਾ ਜੀ, ਉਹ ਤੀਰਥਾ ਅਤੇ ਰੇਡਰ ਉਹਦੇ ਨਾਲ ਸ਼ਾਇਦ ਮਾਨੀ ਸੀਗਾ, ਅਤੇ ਲੱਖੇ ਦਾ ਤਾਂ ਪੱਕੇ ਪਤਾ ਜੀ। ਅਤੇ ਉਹ ਮੈਚ ਵੀ ਜਿਹੜਾ ਜੀ ਤੁਹਾਨੂੰ ਦੱਸਿਆ ਵੀ ਟਾਸ ਇਹਨਾਂ ਦੀ ਲੱਖੇ ਦੀ ਨਿਕਲੀ, ਪਹਿਲੀ ਰੇਡ ਲੱਖੇ ਦੀ ਆਈ ਜੀ, ਅਤੇ ਮੈਚ ਟਰਨ ਟੂ ਟਰਨ ਚੱਲੀ ਗਿਆ, ਅਤੇ ਸਾਡਾ ਜਾਫੀ ਜਿਹੜਾ ਮਨਦੀਪ ਇਹਨੇ ਜਾਣੀ ਉਦੋਂ ਟਾਈਮ ਦਾ ਥੋੜ੍ਹਾ ਜਿਹਾ ਇੰਨਾ ਧਿਆਨ ਨਹੀਂ ਸੀ ਦਿੰਦੇ ਜੀ, ਆਪਣਾ ਮਤਲਬ ਮੋਟਾ ਜਿਹਾ ਹਿਸਾਬ ਹੁੰਦਾ ਸੀਗਾ, ਪਰ ਆਏ ਨਹੀਂ ਸੀ ਵੀ ਹੁਣ ਤੁਹਾਡਾ ਲੱਗਿਆ ਹੋਇਆ ਆਹ ਹੂਟਰ, ਕਿਉਂਕਿ ਜਦ ਤੁਹਾਨੂੰ ਹੂਟਰ ਵੱਜ ਗਿਆ। ਹਾਂਜੀ। ਜਾਣੀ ਕਾਫੀ ਟਾਈਮ ਮਨਦੀਪ ਨੇ ਗੁੱਟ ਫੜ ਕੇ ਜਾਣੀ ਸਾਡੇ ਹਿਸਾਬ ਨਾਲ ਉਹ ਜੱਫਾ ਵੀ ਸਾਡੇ ਜਾਫੀ ਨੇ ਜੱਫਾ ਲਾਤਾ ਜਿੱਦੇ ਦੀ ਅਸੀਂ ਜੀ, ਬਾਅਦ ਤੋਂ ਤੁਹਾਨੂੰ ਪਤਾ ਜੀ ਮੱਥੇ ਦੇ ਹੱਥ ਮਾਰਨ ਲੱਗਣਾ ਜਦੋਂ ਲੋਸ ਹੀ ਹੋਊਗਾ ਕੰਮ। ਹਾਂਜੀ ਹਾਂਜੀ, ਖਾਸ ਹੀ ਜਦੋਂ ਜਹਿਦ ਦੇ ਬਾਅਦ ਜਾਣੀ ਖਾਸਾ ਕੁਛ ਹੋਣ ਤੋਂ ਬਾਅਦ ਦੇ ਵਿੱਚ ਗੁੱਟ ਛਡਾ ਕੇ ਜਾਣੀ ਲੱਖਾਂ ਪੈਂਟ ਲੱਗਿਆ ਅਤੇ ਲੱਖੇ ਨੂੰ ਪੈਂਟ ਦਿੱਤਾ ਗਿਆ ਸੀ, ਅਸੀਂ ਐ ਮੰਨਦੇ ਸੀ ਪੈਂਟ ਸਾਡਾ ਸੀ ਜੀ, ਅਤੇ ਕਿਉਂਕਿ ਹੂਟਰ ਨਾ ਹੋਣ ਕਰਕੇ ਸਾਨੂੰ ਪਤਾ ਜੀ ਫਿਰ ਇਹੋ ਜਿਹਾ ਕੁਛ ਹੀ ਸੀਗਾ ਜੀ। ਹਾਂਜੀ। ਅਤੇ ਫਾਈਨਲ ਮੈਚ ਫਿਰ ਅਸੀਂ ਫਿਰ ਹਾਰਿਆ ਜੀ, ਅਤੇ ਹੈਗਾ ਨਗਦ ਰੁਪਈਆਂ ਵਾਲਾ ਸੀਗਾ ਇਹ ਵੀ 10,000 8,000 ਜੀ, ਇੱਥੇ ਜਿੱਥੇ ਹੁਣ 2-2 ਲੱਖ ਦਾ ਨਾਮ ਆ। ਹਾਂਜੀ ਹਾਂਜੀ। ਅੱਧੇ 'ਤੇ ਜੀ? ਅੱਧੇ 'ਤੇ ਹਾਂਜੀ, ਹਾਂ ਹਰੇ ਜੀ। ਅਤੇ ਕੋਈ ਹੋਰ ਇੱਦਾਂ ਦਾ ਮੈਚ? ਇੱਦਾਂ ਦਾ ਮੈਂ ਦੱਸੋ ਜੀ, ਇਹਦੇ ਮਾਗਰੀ ਇਸੇ ਪਿੰਡ ਦੇ ਵਿੱਚ ਨਹਾਦ ਦਾ ਮੈਚ ਹੋਇਆ ਜੀ, ਇੱਥੇ ਗੁਜਰਾਲ ਜੀ ਜਦੋਂ ਅਸੀਂ ਨਹਾਉਣ ਦੀ ਤਿਆਰੀ ਕਰਨ ਚਲੇ ਗਏ ਜੀ ਟੂਟੀਆਂ 'ਤੇ ਸਾਨੂੰ ਬਾਈ ਧਨੌਲੇ ਹੋਣੇ ਆਪਣੇ ਬਿੱਟੂ ਵੀਰ ਦੇ ਸੱਟ ਲੱਗੀ ਸੀ ਸਪਾਲ ਮੰਗਲ ਵਾਲੇ ਦੇ। ਹਾਂਜੀ। ਭੀਮਾ ਆਪਣਾ ਅਤੇ ਅੰਗਰੇਜ਼ ਵੀਰ ਜੀ, ਅਤੇ ਇਹਨਾਂ ਤੋਂ ਸਾਨੂੰ ਕਿਸੇ ਦਰਸ਼ਕ ਰਾਹੀਂ ਕਿਸੇ ਪਲੇਅਰ ਨੂੰ ਕਹਿ ਕੇ ਭੇਜਿਆ ਵੀ ਜਾਈ ਉਹ ਕੰਗਾਣੀਆਂ ਉਹਨੇ ਆ ਬੁਲਾ ਕੇ, ਅਸੀਂ ਜਾਣੀ ਨੀਕਰਾਂ ਕਿੱਲੀਆਂ ਕਰ ਲਈਆਂ ਸੀ ਆਪਣੀਆਂ ਜੀ, ਆਹ ਨਹਾਉਣ ਲੱਗ ਗਏ ਸੀਗੇ, ਅਤੇ ਉਹ ਕਹਿੰਦਾ ਸਾਨੂੰ ਵੀ ਉੱਧਰ ਤੁਹਾਨੂੰ ਬਿਜਲੀ ਬੋਲ ਸਕਦੇ ਆ ਜੀ, ਅਤੇ ਅਸੀਂ ਇੱਕ ਦੂਜੇ ਕਹਿੰਦੇ ਭਜਾ ਕੇ ਮੈਂ ਮਾਮਾ ਚਾਰ ਫਿਰ ਚੱਲੀਏ। ਚਲੋ ਜੀ, ਉਹਨਾਂ ਨੇ ਸਾਨੂੰ ਨੀਕਰਾਂ ਵੀ ਦਿੱਤੀਆਂ, ਅਸੀਂ ਪਾ ਲਈਆਂ ਪਾ ਕੇ ਨੋਟ ਕਾਰਡ ਲਾ ਕੇ ਵੀ ਆਪਣਾ, ਅਸੀਂ ਤਾਂ ਦੇਖਿਆ ਵੀ ਗਾਂ ਕਿਹੜੀ ਸਾਂ ਆਪਣਾ ਮੈਚ ਕਿਹੜੇ ਕਿਹੜੇ ਬੰਦੇ, ਕਿਉਂਕਿ ਗਰਾਊਂਡ ਦੇ ਵਿੱਚ ਆਉਣ 'ਤੇ ਪਤਾ ਲੱਗਣਾ ਪਲੇਅਰ ਕਿਹੜੇ ਕਿਹੜੇ ਆਉਂਦੇ ਹੈਗੇ। ਹਾਂਜੀ ਹਾਂਜੀ। ਅਤੇ ਉੱਥੇ ਇੰਨਾ ਸੀਗਾ ਜੀ, ਸਵੇਰ ਦੇ ਵਧੀਆ ਖੇਡਦੇ ਸੀਗੇ, ਅਤੇ ਚਲੋ ਜੀ ਮੱਥਾ ਟੇਕ ਕੇ ਗਰਾਊਂਡ ਦੇ ਵਿੱਚ ਹੋ ਗਏ, ਬਿਜਲੀ ਬੋਰਡ ਦੀ ਟੀਮ ਕਿੰਨੀ ਹੋ ਗਾਂ ਜੀ, ਉਹ ਦੇਖੇ ਉੱਥੇ ਫਿਰ ਬਹੁਤ ਹੀ ਜਾਣੀ ਸਖਤ ਮੁਕਾਬਲੇ ਵਾਲਾ ਜਿਹੜਾ ਮੂਹਰੇ ਜਾਫੀਆਂ ਦੀ ਲਾਈਨ ਸੀਗੀ ਉਹ ਜੀ ਸਖਤ ਸੀ ਜੀ, ਪੂਰੀ ਜੀ ਪੂਰੀ ਕੰਧ ਸੀ ਜੀ। ਹਾਂਜੀ। ਕਿਹੜੇ ਸੀ ਜੀ ਉਹ? ਉਹ ਜੀ ਇੱਕ ਪਾਸੇ ਬਾਸ ਸੀਗਾ ਜੀ, ਦੀਨਾ ਸਾਹਿਬ ਵਾਲਾ ਭੀਮਾ ਅਤੇ ਗਾਜੀ ਵਾਲਾ ਕਾਲਾ ਜੀ, ਸ਼ਾਇਦ ਇੱਕ ਵਿਚਾਲੇ ਪਿੰਡ ਵਾਲਾ ਮੁੰਡਾ ਸੀ, ਜਾਣੀ ਮਤਲਬ ਇਹ ਉਹ ਪਲੇਅਰ ਸੀਗੇ ਜੀ ਸਾਰੇ ਉੱਧਰਲੇ ਪਾਸੇ, ਹਰਜੀਤ ਸੀਗਾ ਜੀ ਅਤੇ ਰਾਜਾ ਸੀ, ਗਾਗੂ ਸੀ। ਹਾਂਜੀ। ਵੀ ਜੇ ਇੱਕ ਪਿੰਡ ਕੰਨੀ ਵੀ ਖੇਡਣ ਜੀ ਤਾਂ ਵੀ ਇਹ ਪਾਸਾ ਬਦਲਣ ਵਾਲਾ ਕੰਮ ਹੋ ਜਾਂਦਾ ਮੈਚ ਦਾ, ਇੰਨੇ ਦਮਦਾਰ ਪਲੇਅਰ ਸੀ। ਬਿਲਕੁਲ ਜੀ ਬਿਲਕੁਲ। ਚਲੋ ਜੀ ਉਦੋਂ ਵਿੱਚ ਵੜ ਗਏ, ਫਿਰ ਪਰਮਾਤਮਾ ਦਾ ਨਾਂ ਲਿਆ, ਉਹ ਤੁਹਾਨੂੰ ਪਤਾ ਹੀ ਆ ਵੀ ਭਾਈ ਹੁਣ ਤਾਂ ਜਿਹਨੂੰ ਮਰਜ਼ੀ ਹੱਥ ਲਾ ਲਾ, ਇੱਥੇ ਹੁਣ ਮਾੜੇ ਚੰਗਲ ਦਾ ਕੰਮ ਰਿਹਾ ਹੀ ਨਹੀਂ ਕੋਈ। ਹਾਂਜੀ। ਕਿਉਂਕਿ ਨਹੀਂ ਤਾਂ ਅਗਲਾ ਮਾੜੇ ਨੂੰ ਕਹਿਣ ਨੂੰ ਪਹਿਲਾਂ ਵੈਸੇ ਵੀ ਮੇਰਾ ਥੋੜ੍ਹੀ ਜਿਹੀ ਖੂਬੀ ਜਿਹੀ ਰਹੀ ਹੈ ਜੀ, ਆਪਾਂ ਮਾੜੇ ਪਲੇਅਰ ਨੂੰ ਟੱਚ ਨਹੀਂ ਕਰਦੇ ਸੀਗੇ ਜੀ, ਤਕੜੇ ਨੂੰ ਲੱਗ ਜੂ, ਜੱਫਾ ਲੱਗ ਜੂ ਤਾਂ ਉਹ ਕਿਸੇ ਗਿਣਤੀ 'ਚ ਆ ਜੂਗਾ, ਜੇ ਮਾੜਾ ਲੱਗ ਗਿਆ ਤਾਂ ਕਸੂਰ ਹੋ ਜਾਂਦਾ। ਹਾਂਜੀ। ਇਵੇਂ ਜੀ ਜਦੋਂ ਭੀਮਾ ਕਹਿੰਦਾ ਹਾਂ ਵੀ ਕੰਗਾਲੀ ਆ, ਕਹਿੰਦੇ ਮਹਾਂ ਵੀਰੇ ਠੀਕ ਆ ਚੱਲ ਫਿਰ, ਕਹਿੰਦਾ
ਅਤੇ ਕਿਰਪਾ ਹੋਈ ਜੀ ਭੀਮੇ ਉਹਨਾਂ ਨੇ ਕਬੱਡੀਆਂ ਪਾਈਆਂ ਬਾਈ ਨੇ ਅਤੇ ਇੱਧਰ ਮੈਰ ਨਿੰਮੇ ਨੇ ਪਰਮਾਤਮਾ ਨੇ ਕਿਰਪਾ ਰੱਖੀ ਆ ਜੀ ਮੈਨੂੰ 12-13 ਕੌਡੀਆਂ ਤੋਂ ਬਾਅਦ ਦੇ ਵਿੱਚ ਜੀ ਮੈਨੂੰ ਇੱਕ ਜੱਫਾ ਲਾਇਆ ਜੀ ਲਾਸਟ ਗਾਜੀ ਵਾਲੇ ਕਾਲੇ ਨੇ ਮੇਰੇ ਲੱਗ ਕੇ ਗਿੱਟੇ ਨੂੰ ਅਤੇ ਨਾਲ ਅਹਿਸਾਸ ਵੀ ਕਰਾਇਆ ਉਹਨੇ ਐਂ ਚੱਕ ਕੇ ਗਿੱਟਾ ਇਹ ਜਵਾਕ ਜੀ ਨੇ ਬਹੁਤ ਤੰਗ ਕਰਿਆ ਸਾਨੂੰ ਹਾਂਜੀ 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 ਵੀ ਅਤੇ ਉਹ ਇਹੋ ਜਿਹੇ ਮੈਂ ਸੀਗੇ ਜੀ ਬਾਹਰ ਆ ਕੇ ਫੇਰ ਉਹੋ ਜਿਹੇ ਹੋ ਜਾਂਦੇ ਸੀਗੇ ਹਾਂਜੀ ਹਾਂਜੀ ਅਤੇ ਉਸ ਟਾਈਮ ਮੇਰੇ ਬੋਲ ਵੀ ਯਾਦ ਨੇ ਜੀ ਦਰਸ਼ਨ ਬੜੀ ਸਾਹਿਬ ਦੇ ਹਾਂਜੀ ਕਿਉਂਕਿ ਹਰੇਕ ਟੂਰਨਾਮੈਂਟ ਦੇ ਕਮੈਂਟਰ ਨਹੀਂ ਸੀ ਹੁੰਦਾ ਜੀ ਹਾਂਜੀ ਉਦੋਂ ਨਹੀਂ ਸੀ ਕਮੈਂਟਰ ਵਧੀਆ ਟੂਰਨਾਮੈਂਟ ਹੁੰਦਾ ਸੀਗਾ ਹਾਂਜੀ ਹਾਂਜੀ ਉਸ ਟਾਈਮ ਜੀ ਇਹਦੇ ਦਰਸ਼ਨ ਬੜੀ ਸਾਹਿਬ ਦੇ ਬੋਲ ਯਾਦ ਨੇ ਕਹਿੰਦਾ ਜਦੋਂ ਸਾਡਾ ਮੈਚ ਹੋ ਗਿਆ ਜੀ ਅਤੇ ਮੈਚ ਹੁਣ ਦਾ ਮੋਢੇ 'ਤੇ ਹੱਥ ਰੱਖ ਕੇ ਕਹਿੰਦਾ ਉਹ ਭਾਈ ਕੰਗਣ ਵਾਲੀ ਆ ਗੋਲੂ ਕਹਿੰਦਾ ਸਵੇਰ ਦਾ ਖੇਡਦਾ ਪਤੰਦਰ ਨੇ ਪਿੰਡ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਹੈ ਯਾਦ ਨਹੀਂ ਮੇਰੇ ਬੋਲ ਰਹੇ ਜੇ ਤੁਹਾਨੂੰ ਪਤਾ ਸੁਣ ਕੇ ਖੁਸ਼ੀ ਹੁੰਦੀ ਹੈ ਬਿਲਕੁਲ ਅਤੇ ਇੱਥੇ ਵੀ ਸਾਡੇ ਪਿੰਡ ਦੇ ਦਰਸ਼ਕ ਸੀ ਘਰੇ ਵੀ ਮੇਰੇ ਤਾਇਆ ਜੀ ਬਹੁਤ ਸ਼ੌਂਕ ਰੱਖਦੇ ਤਕੜਾ ਕਰਨ ਦਾ ਹਾਂਜੀ ਉਹਨਾਂ ਨੂੰ ਵੀ ਆ ਕੇ ਦੱਸੀ ਗੱਲ ਇਹ ਮੈਚ ਦੀ ਕਹਿੰਦੇ ਵੀ ਅੱਜ ਤਾਂ ਓਪਨ ਤਾਂ ਜਿਹੜੀ ਖੇਡੀ ਆ ਉਸ 'ਚ ਨਹੀਂ ਜੀ ਆਪਾਂ 100 ਮੈਚ ਵਾਲਾ ਕੌਡੀਆਂ ਪਾਈਆਂ ਨੇ ਉਹ ਵੀ ਸਿਰੇ ਦੀਆਂ ਹੈ ਨਾ ਪਰਮਾਤਮਾ ਜੀ ਪੂਆ ਵਾਲਾ ਮੈਚ ਕਿਵੇਂ ਰਿਹਾ ਜੀ ਘਰੇ ਮੈਚ ਜੀ ਮੇਰੇ ਖਿਆਲ 'ਚ ਅਸੀਂ ਬਿਜਲੀ ਬੋਰਡ ਕਨੀ ਹਾਰ ਗਏ ਸੀਗੇ ਜੀ ਜੀ ਹਾਂਜੀ ਜੀ ਅਤੇ ਤੁਸੀਂ ਬੈਸਟ ਰੇਡਰ ਕਿੰਨੇ ਕੁ ਵਾਰੀ ਬਣੇ ਹੋ ਓਪਨ ਦੇ ਵਿੱਚ ਜਾਂ ਸ਼ੋਅ ਮੈਚਾਂ ਦੇ ਵਿੱਚ ਕਹਿ ਲਈਏ ਅਤੇ ਕੀ ਕੁਝ ਤੁਹਾਨੂੰ ਮਿਲਿਆ ਬੈਸਟ ਰੇਡਰ ਜੀ ਓਪਨ ਦੇ ਵਿੱਚ ਸਾਨੂੰ ਭਿੰਡਰ ਵਾਲਿਆਂ ਦਿੱਤਾ ਸੀਗਾ ਜੀ 1100 ਰੁਪਈਆ ਅਤੇ ਇੰਨੇ ਰੁਪਈਏ ਬਹੁਤ ਸੀਗੇ ਜੀ ਉਦੋਂ ਹਾਂਜੀ ਅਤੇ ਊਂ ਲਾ ਲਓ ਵੀ ਬਿਨਾਂ ਰੁਪਈਆਂ ਤੋਂ ਕਈ ਥਾਂ ਮਤਲਬ ਜਿੱਥੇ ਜੱਫੇ ਨਹੀਂ ਫਿਰ ਬੈਸਟ ਹੀ ਹੋ ਜਾਂਦਾ ਜੀ ਕੰਮ ਹਾਂਜੀ ਟੂਰਨਾਮੈਂਟ ਤੋਂ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਅਤੇ ਤੁਹਾਡੀ ਜਿਹੜੀ ਟੱਕਰ ਹੈ ਜੇ ਕਹਿ ਲਈਏ ਵੀ ਤੁਹਾਨੂੰ ਕਿਹੜੇ ਯਾਫੀ ਨੇ ਵੱਧ ਤੰਗ ਕੀਤਾ ਕਿਹਨੂੰ ਹਿਸਾਬ ਸੀ ਤੁਹਾਡਾ ਯਾਫੀ ਤਾਂ ਜੀ ਚਲੋ ਫੌਜੀ ਵੀ ਬਹੁਤ ਵਧੀਆ ਸੀ ਸਾਡਾ ਚਲੋ ਆਪਦਾ ਪ੍ਰੇਮੀ ਸਾਡਾ ਮਿੱਤਰ ਆਪਣਾ ਪੂਰਾ ਹਾਂਜੀ ਹਾਂਜੀ ਉਹਨੇ ਵੀ ਸਾਨੂੰ ਫੜਿਆ ਅਤੇ ਅਸੀਂ ਭੱਜੇ ਵੀ ਬਹੁਤ ਉਹ ਤੋਂ ਜੀ ਅਤੇ ਇਹ ਤੋਂ ਬਿਨਾਂ ਜੀ ਨਾ ਇੱਕ ਵਾਰੀ ਸਾਡੇ ਨਾ ਇੱਥੇ ਗਮਾਂਡ ਪਿੰਡ ਦੇ ਵਿੱਚ ਟੂਰਨਾਮੈਂਟ ਸੀਗਾ ਫਰਵਾਲੀ ਦਾ ਜੀ ਇੱਥੇ ਜੀ ਸਾਨੂੰ ਪਹਿਲੇ ਹੀ ਮੈਚ ਚੂੜ ਚੱਕ ਦੀ ਟੀਮ ਨੇ ਹਰਾਤਾ ਜੀ ਉਹ ਵੀ ਅੱਧੇ 'ਤੇ ਜੀ ਹਾਂਜੀ ਚੂੜ ਚੱਕ ਦੀ ਟੀਮ ਨੇ ਹਰਾਇਆ ਜੀ ਸਾਨੂੰ ਸਾਨੂੰ ਹਰਖ ਜਿਹਾ ਹੋਇਆ ਸੀ ਜਿੱਦਾਂ ਵੀ ਸਾਡੇ ਗਮਾਂਡ 'ਚ ਆ ਕੇ ਚੂੜ ਚੱਕ ਨੇ ਹਰਾਇਆ ਸਾਡਾ ਮੈਚ ਵੀ ਮੇਰੇ ਖਿਆਲ ਪਹਿਲਾ ਪੁੱਲ ਹੀ ਸੀ ਚੂੜ ਚੱਕਣ ਵਾਲਾ ਜੀ ਅਤੇ ਅਸੀਂ ਜੀ ਤੀਜੇ ਕੁ ਦਿਨ ਟੂਰਨਾਮੈਂਟ ਦੀ ਚੌਥੇ ਦਿਨ ਲੱਖੇ ਇੱਧਰ ਰਾਏਕੋਟ ਦੁੱਤਾਂ ਵਾਲੀ ਸਾਈਡ ਹਾਂਜੀ ਅਸੀਂ ਜੀ ਉੱਥੇ ਚਲੇ ਗਏ ਟੂਰਨਾਮੈਂਟ 'ਤੇ ਦੇਖਿਆ ਵੀ ਚੂੜ ਚੱਕ ਵਾਲੀ ਹੈਗੀ ਅੱਜ ਦੇਖਾਂਗੇ ਝੱਟ ਕਿਉਂਕਿ ਹੁੰਦਾ ਹੀ ਆ ਜੀ ਸਾਡੇ ਜਾਫੀ ਨੂੰ ਅੱਜ ਵੀ ਬੇਲੀ ਨਹੀਂ ਫੜਿਆ ਗਿਆ ਬਾਜ ਨੂੰ ਇਹ ਵੀ ਨਹੀਂ ਫੜੇ ਗਏ ਹੁੰਦਾ ਹੀ ਆ ਸਾਨੂੰ ਜਾਣੀ ਗਏ ਜੀ ਆ ਚੱਕਰ ਕਰਨ ਸਾਡਾ ਜੀ ਮੈਚ ਪੈ ਗਿਆ ਚੱਕਰ ਦੀ ਟੀਮ ਨਾਲ ਜੀ ਅਸੀਂ ਕਦੇ ਨਹੀਂ ਸੀ ਖੇਡੇ ਉਹਨਾਂ ਨਾਲ ਚੱਕਰ ਨਾਲ ਚਲੋ ਜੀ ਕੌਡੀਆਂ ਸਟਾ ਉਸ ਦਿਨ ਜੀ ਜੋੜਾ ਵੀ ਪੂਰਾ ਵਰਮ ਅਪ ਸੀਗਾ ਮੈਂ ਵੀ ਪਾਊਂ ਕੌਡੀ ਇਹ ਚੱਲ ਕੋਈ ਰਹਿਣ ਦਿੰਦਾ ਭਾਈ ਚਲੋ ਜੀ ਨਿੰਮਾ ਗਿਆ ਭਾਈ ਉਹ ਮੁੰਡਾ ਸੀਗਾ ਤਾਰਾ ਉਹ ਪਤੰਦਰ ਨਾ ਗਲ 'ਚ ਹੱਥ ਪਾ ਕੇ ਮਗਲੇ ਪਾਸੇ ਗਿੱਟਾ ਜਿਹਾ ਲਾ ਲੈਂਦਾ ਸੀਗਾ ਜੀ ਉਹ ਸਾਡੇ ਚੋਂ ਕੋਈ ਫੜਦਾ ਨਹੀਂ ਸੀ ਆਪੇ ਪਿੰਡੋਂ ਉਹ ਵੀ ਏਰੀ 'ਚ ਨਹੀਂ ਫੜਦਾ ਕੋਈ ਨਵਾਂ ਹੀ ਪੁੱਠੀ ਵਾਲਾ ਕੰਮ ਹੀ ਸੀਗਾ ਉਹ ਕਿੱਥੋਂ ਦਾ ਸੀ ਉਹ ਚਾਕਰ ਦਾ ਸੀਗਾ ਜੀ ਤਾਰਾ ਕੱਦ ਕੁੱਦ ਵੀ ਕਾਫੀ ਸੀ ਉਹਦਾ ਮੁੰਡੇ ਦਾ ਹਾਂਜੀ ਅਤੇ ਉਹਨੇ ਭਾਈ ਨਿੰਮੇ ਨੂੰ ਵੀ ਜੱਫਾ ਲੱਗ ਗਿਆ ਮੈਂ ਵੀ ਦੇਖਿਆ ਮੈਂ ਵੀ ਸਾਲਾ ਬੰਦੇ ਨੇ ਫੜਿਆ ਜਾ ਕਿਵੇਂ ਯਾਰ ਚਲੋ ਜੀ ਮੈਂ ਕੌਡੀ ਪਾਉਣੀ ਸੀ ਮੈਂ ਗਿਆ ਮੈਂ ਆਪ ਜਾ ਕੇ ਉਹਨੂੰ ਮਾਸੇ ਝਗਾਨੇ ਜੀ ਮਾਰ ਕੇ ਸਿੱਧਾ ਹੀ ਹੱਥ ਲਾਤਾ ਉਹਨੂੰ ਨਹੀਂ ਮਗਰ ਮੁਗਰ ਮਾਰ ਕੇ ਫਿਰ ਦੂਏ ਹੋ ਜਾਂਦਾ ਜੀ ਕੰਮ ਉਹੀ ਕੰਮ 3-4 ਕਰਮਾ ਮੇਰਾ ਕੰਮ ਹੁੰਦਾ ਜੀ ਮੈਂ ਹੱਥ ਲਾ ਕੇ ਬੈਗ ਤੁਰ ਪੈਂਦਾ ਸੀਗਾ ਜੀ ਜਦੋਂ ਮੈਂ ਬੈਗ ਤੁਰਨ ਲੱਗਿਆ ਉਹ ਮੇਰੇ ਗਰਦਨ 'ਚ ਹੱਥ ਧਰਿਆ ਉਹ ਮੇਰੇ ਵੀ ਮਾਰਲੇ ਪਾਸੇ ਲੱਤ ਵੱਡੀ ਸੀ ਰਾਤੀ ਅਸੀਂ ਪਤਾ ਲੱਗੇ ਵੀ ਡਿੱਪ ਭੇਜਣ ਤੋਂ ਉੱਥੇ ਆ ਗਿਆ ਉਹ ਇੱਕ ਉੱਥੇ ਗਰਾਊਂਡ ਵੀ ਮੈਨੂੰ ਲੱਗਦਾ ਜੀ 80 ਫੁੱਟ ਹੋਊਗਾ ਜੀ ਇੱਧਰ ਦੂਜੇ ਗਰਾਊਂਡ 'ਚ ਪਾਉਂਦੇ ਨੇ ਕਲੀ ਆਪਣੇ ਫੁੱਟਬਾਲ ਖੇਡਣ ਵਾਲੇ 'ਚ ਉਹ ਭਾਈ ਮੈਂ ਵੀ ਝਾੜ ਕੇ ਜੇ ਆ ਗਿਆ ਉੱਧਰ ਕਰਮਾਂ ਦੋ ਵਾਰੀ ਭੱਜਿਆ ਹੁਣ ਲਾ ਲਓ ਸਾਹਿਬ ਵੀ ਸਾਡੇ ਤਾਂ 0 ਜੀ ਉੱਧਰ ਉਹਨਾਂ ਦੇ ਹੋ ਗਏ 2 ਅਤੇ 2.5 ਜੀ ਅਤੇ ਜਦ ਨੂੰ ਸਾਡੇ ਜੋਰੇ ਨੂੰ ਵੀ ਹਰਖ ਆ ਗਿਆ ਤਾਂ ਕੀ ਕਰੀ ਜਾਂਦੇ ਹੋ ਅਸੀਂ ਆ ਵੀ ਕੋਈ ਨਹੀਂ ਤੂੰ ਵੀ ਪਾ ਕੇ ਦੇਖ ਲਾ ਫਿਰ ਕੋਈ ਗੱਲ ਨਹੀਂ ਹੈਗੀ ਠੀਕ ਹੈ ਪਿੰਡ ਨਹੀਂ ਆ ਕੇ ਤੰਗ ਕਰੇਗਾ ਹਾਂਜੀ ਜੋ ਉਹ ਬੰਦੇ ਨੇ ਜੋਰਾ ਵੀ ਫੜ ਲਿਆ ਭਾਈ ਇਹ ਗੱਲ ਇਹ ਜੀ ਉਹੀ ਜਾਣੀ ਜੱਫੇ ਖਾਸੇ ਖਾਸੇ ਲਾ ਗਿਆ ਜੀ ਉਹ ਮੈਚ ਤਾਂ ਬਾਅਦ ਚੱਲ ਪਿਆ ਸਾਡਾ ਵਧੀਆ ਅਤੇ ਭੱਜੀ ਗਏ ਅਸੀਂ ਪਰ ਉੱਥੇ ਜੱਫੇ ਖਾਸੇ ਲਾ ਗਿਆ ਉਹ ਅਤੇ ਨਾਲ ਦੇ ਨਾਲ ਅਸੀਂ ਘੱਟੋ ਘੱਟ 5-6 ਪੈਂਟਾਂ 'ਤੇ ਚੱਕਰ ਨੂੰ ਹਰ ਕੇ ਆਏ ਅਤੇ ਨਾਲ ਜਾਣੀ ਐਂ ਮਹਿਸੂਸ ਜਿਹਾ ਹੋਇਆ ਵੀ ਗੱਲ ਸੁਣੋ ਵੀ ਇੱਥੇ ਤਕੜੇ ਮਾਲਾ ਕੰਮ ਹੋਰ ਤਕੜਾ ਹੋਣ ਦੀ ਬਹੁਤ ਲੋੜ ਹੈ ਵੀ ਪਤਾ ਨਹੀਂ ਕਦੋਂ ਕਿਹੜਾ ਪਲੇਅਰ ਕੀ ਹਜ਼ਾ ਖੇਡੇ ਕੌਣ ਟੱਕਰ ਜੇ ਕਿਹਾ ਵੀ ਹੈ ਕਬੱਡੀ ਜਿੱਤਣ ਦੇ ਨਹੀਂ ਕਿਸੇ ਦੀ ਹਾਂਜੀ 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 ਅਤੇ ਬਾਈ ਜੀ ਤੁਹਾਡੀ ਰੇਟ ਦੀ ਜਿਹੜੀ ਖਾਸੀਅਤ ਕੀ ਰਹੀ ਹੈ ਖਾਸੀਅਤ ਜੀ ਇਹੀ ਰਹੀ ਹੈ ਰੇਡ ਦੀ ਵੀ ਜਿਵੇਂ ਹੁਣ ਆਪਾਂ ਇੱਕ ਤਾਂ ਉਦੋਂ ਲਾਈਨ 'ਤੇ ਖੇਡਦੇ ਸੀਗੇ ਜੀ ਪਲੇਅਰ ਵਿਚਾਲੇ ਡੱਬਿਆਂ ਦਾ ਹੁਣ ਟਾਈਮ ਆਇਆ ਇਹ ਵੀ ਸਿੱਧੇ
ਉਸ ਟਾਈਮ ਲਾਈਨ 'ਤੇ ਖੇਡਦੇ ਹੁੰਦੇ ਸੀਗੇ ਜੀ, ਲਾਈਨ ਦੇ ਉੱਤੋਂ ਬਸ ਮੇਰਾ ਮਤਲਬ ਇਹ ਹੁੰਦਾ ਸੀ ਵੀ ਮਾੜੇ ਜਾਂ ਫਿਰ ਟੱਚ ਕਰਨਾ ਆਪਾਂ ਵਧੀਆ ਨਹੀਂ ਕਰ ਲਓ, ਹਾਂਜੀ, ਚਾਹੇ ਉਹ ਫੌਜੀ ਕਿਉਂ ਨਾ ਖੜਾ ਹੋਵੇ ਜੀ, ਸਿੱਧਾ ਹੀ ਉਹਨੂੰ ਟੱਚ ਕਰ ਲਓ, ਕਿਉਂਕਿ ਜਦੋਂ ਮੈਂ ਮਰਜ਼ੀ ਨਾਲ ਟੱਚ ਕਰਦਾ ਤਾਂ ਬੰਦਾ 3 ਕਰ ਮਗਰ ਹਟ ਜਾਂਦਾ, ਫਿਰ ਭੱਜ ਵੀ ਲੈਂਦਾ ਦੂਜੇ ਪਲੇਅਰਾਂ ਤੋਂ ਮਾੜਿਆਂ ਤੋਂ ਜੱਫਾ ਖਾਣ ਨੂੰ। ਇਹ ਤੇ ਹੱਥ ਲਾਉਣ ਸਾਰ ਮੈਂ ਬੈਕ ਮਤਲਬ ਹੋ ਜਾਂਦਾ ਸੀਗਾ ਜੀ, ਉਹ ਲਾਈਨ ਦੇ ਨਾਲ ਨਾਲ ਮੇਰਾ ਪੱਕਾ ਟਾਰਗੇਟ ਆਉਂਦਾ ਸੀਗਾ। ਹਾਂਜੀ, ਮੈਂ ਜਿਹੜਾ ਮਤਲਬ ਜੀ ਕਬੱਡੀ ਖੇਡੀ ਹੈ ਬਾਹਾਂ ਦੇ ਸਿਰ 'ਤੇ ਜ਼ਿਆਦਾ ਖੇਡੀ, ਬਾਹਾਂ ਦੇ ਜ਼ੋਰ 'ਤੇ ਮਤਲਬ, ਅਤੇ ਇਹ ਜ਼ੋਰ ਕਰਨ ਦਾ ਵੀ ਤੁਹਾਨੂੰ ਦੱਸਿਆ ਜੀ ਤਾਏ ਨੇ ਜ਼ੋਰ ਜ਼ਿਆਦਾ ਕਰਾਉਣਾ, ਤਾਂ ਜੇ ਸਾਡੇ ਬੀ ਟੀ ਆਪਣੇ ਪੀ ਟੀ ਸਾਹਿਬ ਨੇ ਇੱਕ ਮੈਨੂੰ ਐਕਸਰਸਾਈਜ਼ ਦੱਸੀ ਸੀ ਵੀ ਤੇਰੀ ਜਿਹੜੀ ਕਬੱਡੀ ਹੈ ਠੰਡੀ ਹੈ ਇਹ, ਵੀ 90-95 ਕਿਲੋ ਵੇਟ ਪਾ ਕੇ ਜੀ ਮੈਂ ਆਹ ਐਕਸਰਸਾਈਜ਼ ਬਹੁਤ ਲਾਈ ਆ ਜੀ, 20-25 ਮਿੰਟ ਮੈਂ ਸਿੜ ਦੇਣੀ ਸਿੱਧੇ ਜੀ, ਹੁਣ ਜਾਨ ਹੀ ਇੰਨੀ ਪਈ ਤੇ ਉੱਤੇ ਮਤਲਬ ਵੀ ਜੇ ਪ੍ਰੈਸ ਮਾਰਨੀ ਹੈ ਤਾਂ ਵੀ ਇਸੇ ਜਾਨ ਨੇ ਕੰਮ ਕਰਨਾ ਜੀ, ਪਲੇਅਰ ਦੀ ਨੇ ਚਾਹੇ ਕੋਈ ਪਲੇਅਰ ਆ ਉਹ। ਹਾਂਜੀ, ਜੇ ਤੁਸੀਂ ਬੈਕ ਤੁਰ ਕੇ ਆਉਣਾ ਤਾਂ ਵੀ, ਹੁਣ ਕਈ ਵਾਰੀ ਗੁੱਟ ਇੱਕ ਵਾਰੀ ਫੜਿਆ ਨਹੀਂ ਮਤਲਬ ਜਾਫੀ ਸੜਦਾ। ਹਾਂਜੀ, ਮੇਰਾ ਇਹ ਕੰਮ ਹੁੰਦਾ ਵੀ ਗੁੱਟ ਦਾ ਬਹਾਨਾ ਜਾਂ ਫੜਾਉਣਾ ਜਿਹੜਾ ਸਾਂਭ ਲਾ ਭਾਈ, ਉਦੋਂ ਬਾਅਦ ਫੜਾਈ ਜਾਣਾ ਲਾਹੀ ਜਾਣਾ ਆਪਦਾ ਆਰਾਮ ਨਾਲ ਪਾੜੇ 'ਤੇ, ਦੋ ਦੋ ਤਿੰਨ ਤਿੰਨ ਕੈਂਚੀਆਂ ਪੈ ਕੇ ਵੀ ਮਤਲਬ ਪਾੜੇ 'ਤੇ ਆ ਜਾਂਦੇ, ਬਹਿ ਕੇ ਆਉਂਦੇ ਸੀ, ਬਹਿ ਕੇ ਆ ਜਾਂਦੇ ਸੀ, ਆਹ ਡਾਂਜ ਡੂਜ ਵਾਲਾ ਕੰਮ ਨਹੀਂ ਹੋਇਆ ਬੜਾ ਆਪਾਂ ਤੋਂ ਵੀ, ਉਹ ਹੱਥ ਲਾਇਆ ਉਧਰੋਂ ਡਾਂਜ ਮਾਰੀ, ਨਹੀਂ ਜੀ, ਹਾਂਜੀ, ਬਸ ਜਾਣੀ ਬਾਹਾਂ ਦੇ ਸਿਰ 'ਤੇ ਜਾਣ ਵਾਲੀ ਕਬੱਡੀ ਖੇਡੀ ਆ ਜੀ, ਜੀ ਜਿਵੇਂ ਆਪਣਾ 68 ਝੂਟ ਖੇਡਦਾ ਜੀ, ਹਾਂਜੀ, ਫਸ ਕੇ ਬਸ, ਹਾਂ ਇਹੋ ਜਿਹੀ ਕਬੱਡੀ ਸੀਗੀ ਜੀ। ਅਤੇ ਕਬੱਡੀ ਤੁਸੀਂ ਛੱਡੀ ਕਦੋਂ ਸੀ ਅਤੇ ਕਿਉਂ ਛੱਡੀ ਸੀ? ਕਬੱਡੀ ਜੀ ਅਸੀਂ 95 ਦੇ ਵਿੱਚ ਹੀ ਛੱਡ ਕੇ ਸਮਝ ਲਓ, 95 ਤੋਂ ਪਹਿਲੇ 95 ਦੇ ਵਿੱਚ ਬਾਹਰ ਦਾ ਸੰਯੋਗ ਬਣ ਗਿਆ ਜੀ ਬਸ ਅਸੀਂ ਜੀ, ਅਤੇ ਬਾਹਰ ਚਲੇ ਗਏ ਦਿੱਲੀ, ਦਿੱਲੀਓਂ ਬੈਂਕੋਂ, ਬੈਂਕੋਂ ਚਲੋ ਜੀ ਗਾਹਾਂ ਬਸ ਕੰਮ ਕਾਰ ਕਰਨ ਲੱਗ ਗਏ, ਜਾਣੀ ਉਦੋਂ ਬਾਅਦ ਨਹੀਂ ਫਿਰ ਖੇਡੀ ਜੀ ਜੀ, ਅਤੇ ਬਾਹਰ ਜਾਣ ਕਰਕੇ ਹੀ ਛੱਡੀ ਤੁਸੀਂ? ਹਾਂਜੀ 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 ਹਾਂਜੀ, ਪੂਰੇ ਦਾ ਪੂਰਾ ਉਸ ਟਾਈਮ ਤੁਹਾਨੂੰ ਮੈਂ ਦੱਸਦਾ ਜੀ ਧਰਮਾ ਜੀ, ਉਸ ਟਾਈਮ ਜਿਹੜੇ ਟਾਈਮ ਅਸੀਂ ਕਬੱਡੀ ਛੱਡੀ ਹੈ ਨਾ, ਉਸ ਟਾਈਮ ਹੀ ਪੱਤੋਂ ਦੀ ਟੀਮ ਖੇਡ ਗਈ ਨਾਨੂ, ਆਪਣਾ ਪੱਤੋਂ ਦਾ ਨਨੂ, ਉਹ ਇੰਗਲੈਂਡ 'ਚ ਲੈ ਗਿਆ ਸੀ, ਉਸ ਟਾਈਮ ਹੀ ਜੀ ਚੱਕਰ ਦੇ ਮੁੰਡਾ ਸੀਗਾ ਮੇਰੇ ਨਾਮ ਯਾਦ ਆਉਂਦਾ, ਉਹ ਵੀ ਸੈੱਟ ਛੱਡ ਕੇ ਇੰਗਲੈਂਡ ਚਲੇ ਗਏ, ਇੱਕ ਸੀਗਾ ਜੀ ਸੂਜਾਪੁਰੀ ਚਰਨਾ, ਇਹ ਵੀ ਵਧੀਆ ਸੈੱਟ ਲਈ ਫਿਰਦੇ ਹੁੰਦੇ ਸੀਗੇ, ਜਾਣੀ 4 ਸੈੱਟ ਜੀ ਉਦੋਂ, ਉਹ ਮਤਲਬ 15 ਅਗਸਤ ਤੋਂ ਪਹਿਲਾਂ ਹੀ ਅਸੀਂ 15 ਅਗਸਤ 'ਤੇ ਸਰੀਰ ਅਜਮਾਉਂਦੇ ਹੁੰਦੇ ਸੀ, ਸਾਡਾ ਗਰਾਊਂਡ 'ਚ ਕੈਂਪ ਲਾਇਆ ਹੋਇਆ ਸੀਗਾ, ਤਾਂ ਕੈਂਪ ਦੇ ਵਿੱਚ ਹੀ ਕਿਸੇ ਬਸ ਗਾਈਡੈਂਸ ਕਰਤੀ ਕਿਸੇ ਨੇ, ਚਲੋ ਜੀ ਬਾਕੀ ਅਣਜਲ ਹੁੰਦਾ ਜੀ ਤੁਹਾਨੂੰ ਪਤਾ, ਜਾਣੀ 4 ਸੈੱਟ ਉਦੋਂ ਪੂਰੇ ਫੁੱਲ ਤਕੜੇ ਸੈੱਟ ਜਾਣੀ ਉਹ 95 ਦੇ ਵਿੱਚ ਅਲਵਿਦਾ ਕਰ ਗਏ ਕੌਡੀ ਨੂੰ ਜੀ ਜੀ। ਅਤੇ ਕੈਂਪ ਦੇ ਵਿੱਚ ਤੁਹਾਡੀ ਜਿਹੜੀ ਟ੍ਰੇਨਿੰਗ ਹੈ ਕੋਚਿੰਗ ਹੈ ਤੁਹਾਨੂੰ ਕੌਣ ਦਿੰਦਾ ਸੀ, ਅਤੇ ਖੁਰਾਕ ਦਾ ਕੀ ਹਿਸਾਬ ਕਿਤਾਬ ਹੁੰਦਾ ਜੀ ਤੁਹਾਡਾ ਜੀ? ਹਾਂਜੀ, ਖੁਰਾਕ ਜੀ ਧਰਮਾ ਜੀ ਉਦੋਂ ਬਿਲਕੁਲ ਦੇਸੀ ਖੁਰਾਕ ਸੀਗੀ ਜੀ, ਦੁੱਧ ਦਹੀਂ ਮੱਖਣ 2 ਟਾਈਮ ਬਦਾਮ, ਹਾਂਜੀ, ਅਤੇ ਮੀਟ, ਆਂਡੇ ਜੀ, ਅਤੇ ਮੱਖਣੀ ਵਗੈਰਾ ਇਹ ਸ਼ਾਮਿਲ ਸੀ ਖੁਰਾਕ ਦੇ ਵਿੱਚ। ਟ੍ਰੇਨਿੰਗ ਜੀ ਜਿਹੜੀ ਨੈਸ਼ਨਲ ਸਟਾਈਲ ਦੀ ਤਾਂ DPPD ਸਾਹਿਬ ਹੀ ਦਿੰਦੇ ਸੀਗੇ, ਜਿਹੜੀ ਪੰਜਾਬ ਸਟਾਈਲ ਦੀ ਟ੍ਰੇਨਿੰਗ ਸੀ ਇਹ ਤਾਂ ਬਸ ਆਪਦੇ ਆਪ ਹੀ, ਜਾਂ ਕੁਛ ਟਾਈਮ ਦੇਸ਼ ਭਗਤ ਕਾਲਜ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਸਾਡੇ ਬਲਜੀਤ ਸਿੰਘ ਜੀ ਸਿੱਧੂ ਸਾਹਿਬ ਉਹ ਦਿੰਦੇ ਹੁੰਦੇ ਸੀਗੇ, ਹਾਂਜੀ ਹਾਂਜੀ, ਅਤੇ ਜੇ ਅਮਰਗੜ੍ਹ ਸਕੂਲ ਦੀ ਗੱਲ ਕਰੀਏ ਉੱਥੇ ਮੈਂਗਲ ਸਿੰਘ ਉਹਨਾਂ ਨੇ ਵੀ ਸਾਨੂੰ ਟ੍ਰੇਨਿੰਗ ਦਿੱਤੀ ਹੈ ਜੀ, ਹਾਂਜੀ, ਅਤੇ ਜਿਹੜਾ ਪਿੰਡ ਕੈਂਪ ਦੇ ਵਿੱਚ ਹੁੰਦਾ ਸੀ ਉਹ ਤਾਂ ਜੀ ਬਸ ਜਿਵੇਂ ਅਸੀਂ ਕੋਲਡ ਵੀ ਚਲੇ ਜਾਂਦੇ ਸੀਗੇ ਜੀ ਮੈਰਨ ਖੇਡਣ, ਹਾਂਜੀ, ਇਹਨਾਂ ਨੇ ਪਹਿਲਾਂ ਫੁੱਟਬਾਲ ਖੇਡਣੀ ਉੱਥੇ ਦੇਖ ਕੇ, ਅਗਰ ਦੇਖਣਾ ਫੁੱਟਬਾਲ ਬਹੁਤ ਖੇਡਦੇ ਆ, ਹਾਂਜੀ, ਸਿੰਘਾਂ ਦਾ ਉਹਦੇ ਗਰਾਊਂਡ ਦੇ ਵਿੱਚ ਵੀ ਬਗੈਰ ਟੂਰਨਾਮੈਂਟ ਤੋਂ, ਮਤਲਬ ਜਦੋਂ ਟੂਰਨਾਮੈਂਟ ਨਹੀਂ ਹੁੰਦੇ ਸੀਗੇ ਸਿੰਘਾਂ ਦਾ ਉਹਦੇ ਜਿਹੜੇ ਪਲੇਅਰ ਸੀ ਸਾਡੇ ਨਾਲ ਕਾਲਜ ਦੇ ਵਿੱਚ ਪੜ੍ਹਦੇ ਸੀਗੇ, ਹਾਂਜੀ, ਉਹਨਾਂ ਕੋਲ ਜਾਇਆ ਆਉਣਾ ਉੱਥੇ ਸ਼ਾਮ ਨੂੰ 2 ਦਿਨ ਪ੍ਰੈਕਟਿਸ ਕਰਕੇ ਆ ਜਾਣੀ ਬਸ ਖੇਡਣ ਜਾਣੀ, ਕੋਈ ਐਂ ਨਹੀਂ ਸੀਗਾ ਜੀ ਕੋਈ ਵੱਖਰਾ ਕੋਚ ਰੱਖਿਆ ਨਾ, ਬਸ ਇੱਕ ਦੂਜੇ ਦੇ ਕੋਚ ਸੀਗੇ ਬਸ, ਜਿਵੇਂ ਘੋਲ ਨੇ ਵੀ ਸਾਨੂੰ ਖਾਣ ਪੀਣ ਬਾਰੇ ਅਤੇ ਤਕੜੇ ਹੋਣ ਬਾਰੇ 62 ਕਿਲੋ ਤੋਂ ਉਹਨੇ ਸਾਨੂੰ ਰੋਕਿਆ ਜੀ ਖੇਡਣ ਤੋਂ ਵੀ, ਕਿਉਂਕਿ 62 ਨਾ ਖੇਡੋ ਤੁਸੀਂ, ਉਪ ਨਹੀਂ ਖੇਡੋ, ਉਹ ਉਸੇ ਟੂਰਨਾਮੈਂਟ 'ਤੇ ਜਿਹੜੇ ਟੂਰਨਾਮੈਂਟ 'ਤੇ ਸਾਨੂੰ ਇਹਨਾਂ ਨੇ ਗਾਈਡ ਕਰਿਆ, ਹਾਂਜੀ, ਉਸੇ ਟੂਰਨਾਮੈਂਟ 'ਤੇ ਜੀ ਅਸੀਂ 62 ਕਿਲੋ ਹਰ ਗਏ ਸੀਗੇ ਅਤੇ ਸਾਡੀ ਐਂਟਰ ਕਰ ਲਈ ਸੀ ਉਹਨਾਂ ਨੇ ਵੀ ਸਾਨੂੰ ਕਿਰਾਇਆ ਦੇ ਦਾਂਗੇ, ਅਤੇ ਸਾਡਾ ਪਹਿਲਾ ਮੈਚ ਸੀਆਂ ਦਾ ਨਾਲ ਪੈ ਗਿਆ ਜੀ ਜੀ, ਅਤੇ ਪਹਿਲਾਂ ਸੀਆਂ ਦਾ ਉਹਨਾਂ ਪਿਆ ਜੀ ਮੈਚ ਸੀਆਂ, ਅਤੇ ਉਹੀ ਪਹਿਲੇ ਵਾਲੇ ਕੰਮ ਹੋਊਗਾ ਜੀ ਡੇਢ ਵਾਲਾ ਸੀਆਂ ਦਾ, ਉਹਦੀ ਡੇਢ ਰੇਡ ਆ ਗਈ ਜੀ, ਪਰ ਸਾਡਾ ਇੱਧਰ ਜਿਹੜੇ ਅਸੀਂ 2 ਰੇਡਰ ਸੀਗੇ ਅਸੀਂ ਉਵੇਂ ਚੱਲੀ ਗਏ, ਅਤੇ ਉੱਧਰ ਨਾਥ ਤੋਂ ਪਹਿਲਾਂ ਹੁੰਦਾ ਸੀ ਮੁੰਡਾ ਬੋਲਾ ਖੇਡਾ ਹੁੰਦਾ ਸੀ, ਨਾ ਉਹ ਫੜਿਆ ਗਿਆ ਨਾ ਘੋਲ, ਅਤੇ ਨਾ ਇੱਧਰ ਬਹੁਤ ਸੋਹਣਾ ਮੈਚ ਲੱਗਿਆ ਜੀ, ਅਤੇ ਨਾਲ ਦੀ ਉਹਨਾਂ ਨੇ ਦੁਬਾਰੇ ਸਾਨੂੰ ਕੱਢ ਕੇ ਖੂਹ ਦੇ ਆਪਣੇ ਜਿਵੇਂ ਖੂਹ ਨਹੀਂ ਹੁੰਦਾ ਤੌਲ, ਉਹਦੇ ਤੌਲ ਵਿੱਚ ਬੈਠੇ ਸੀਗੇ ਜੀ, ਇੱਕ ਦੇਵ ਸੀਗਾ ਇਹਨਾਂ ਦੇ ਸੀਆਂ ਦਾ, ਉਹਦਾ ਉਹਨਾਂ ਨੇ ਸਪੈਸ਼ਲੀ ਸਾਨੂੰ ਕਈ ਗੱਲਾਂ ਦੱਸੀਆਂ ਵੀ ਹੁਣ ਤੁਸੀਂ ਬਾਹਰ ਨਹੀਂ ਖੇਡਣੀ ਹੈਗੀ, ਵੇਟ ਨਹੀਂ ਘਟਾਉਣਾ, ਹੁਣ ਤੁਸੀਂ ਖੇਡ ਕੇ ਤਾਂ ਆਏ ਓਪਨ, ਸਾਨੂੰ ਵੀ ਐਂ ਹੋ ਵੀ ਸਭ ਤੋਂ ਤਕੜੀ ਟੀਮ ਨਾਲ ਆਪਾਂ ਇੰਨਾ ਵਧੀਆ ਖੇਡਿਆ ਅਤੇ ਬੈਠ ਤੇ ਹਰਿਆਂ ਵੀ ਹੁਣ ਵੇਟ ਘਟਾਉਣ ਦੀ ਲੋੜ ਨਹੀਂ, ਅਤੇ ਮੈਂ ਤਾਂ ਫਿਰ ਵੇਟ ਵਧਾਉਣ ਦੀ ਖਾਤਰ ਜੀ ਘਗਰਾਣੇ ਵੀ ਰਿਹਾ ਸੀ ਆਉਂਦਾ ਉਦੋਂ, ਆਪਣੇ ਨਾ ਘਗਰਾਣੇ ਆਪਣੇ ਜਗਦੀਸ਼ ਭੋਲੇ ਕੋਲ ਜੀ ਜੀ, ਹਾਂਜੀ, ਵੇਟ ਵਧਾਉਣ ਦੇ ਚੱਕਰ ਜੀ ਜੀ। ਤੁਹਾਡਾ ਵੇਟ ਰਿਹਾ ਕਿੰਨਾ ਜਦੋਂ ਤੁਸੀਂ ਬਾਹਰ ਤੋਂ ਓਪਨ ਦੇ ਵਿੱਚ ਗਏ ਹੋ, ਉਸ ਟਾਈਮ ਦੇ ਵੇਟ ਕਿੰਨਾ ਤੁਹਾਡਾ?
ਉਸ ਟਾਈਮ ਜੀ ਮੇਰਾ ਫਿੱਟ ਵੇਟ 65-68 ਦਾ, ਅਤੇ ਉਦੋਂ ਬਾਅਦ ਮਤਲਬ 78 ਕਿਲੋ ਵੇਟ ਹੋ ਜਾਂਦਾ ਸੀਗਾ, 78-80 ਹੋ ਜਾਂਦਾ ਸੀਗਾ ਜਦੋਂ ਵਿਹਲਾ ਟਾਈਮ, ਜਦੋਂ ਪਿੰਡ ਪ੍ਰੈਕਟਿਸ ਕਰਦੇ ਹਾਂਗੇ 80 ਹੋ ਜਾਂਦਾ ਸੀਗਾ। ਜਦੋਂ ਮੈਚ ਚੱਲ ਪਏ ਜੀ ਫਿਰ 2 ਕਿਲੋ ਘੱਟ ਕੇ 78 'ਤੇ ਖੜਾਂਗੇ, 78 ਕਿਲੋ ਜਾਣੀ ਫਿੱਟ ਵੇਟ ਹੀ ਰਿਹਾ ਜੀ ਪੂਰਾ ਜੀ। ਹਾਂਜੀ, ਅਤੇ ਮਤਲਬ ਹਾਂ 78 ਖੇਡਣ ਸਮੇਂ ਜਦੋਂ, ਕਿਉਂ ਰੋਟੀ ਆਟੀ ਲੇਟ ਹੋ ਜਾਂਦੀ ਆ। ਹਾਂਜੀ ਹਾਂਜੀ, ਵਿਹਲੇ ਟਾਈਮ 80 ਤੋਂ ਤਾਂ ਆ ਜਾਂਦਾ ਸੀਗਾ ਜੀ, 82 ਕੁ ਹੋਣਾ ਜੀ ਜੀ। ਅਤੇ ਅੱਜ ਕੱਲ੍ਹ ਵੱਡੇ ਇਨਾਮ ਲੱਗਦੇ ਨੇ ਰੇਡਾਂ ਦੇ ਉੱਪਰ, ਤੁਹਾਡੀ ਰੇਡ ਦੇ ਉੱਪਰ ਵੀ ਇੱਦਾਂ ਪੈਸੇ ਲੱਗੇਗਾ ਜੀ ਪਹਿਲਾਂ? ਹਾਂਜੀ, ਲੱਗੇ ਨੂੰ ਤਾਂ ਕਾਫੀ ਟੂਰਨਾਮੈਂਟਾਂ 'ਤੇ, ਜਿਵੇਂ ਟ੍ਰੈਂਡ ਹੁੰਦਾ ਸੀਗਾ, ਜਿਵੇਂ ਜੀ ਅਸੀਂ ਮਤਲਬ ਮੈਚ ਖੇਡਦੇ ਹਾਂਗੇ ਵਿੱਚ ਕੋਈ 2 ਬੰਦੇ ਆਵੜੇ ਗਰਾਊਂਡ ਦੇ, ਉਹਨਾਂ ਨੇ 10,000 ਰੁਪਏ ਲਗਾਤਾਰ ਦੇਣੇ। ਮੈਂ ਫਲਾਉਣ ਦਾ ਖੇਡ ਮੇਲਾ ਹੋ ਗਿਆ, ਉੱਥੇ ਬਣ ਜਾਣਾ 5-5-4 ਸੌ ਉੱਪਰੋਂ, ਮਤਲਬ ਜਿਹੜਾ ਕਹਿੰਦੇ ਵੀ ਉੱਪਰੋਂ ਵੀ ਬੰਦਾ ਪੈਸੇ ਬਣ ਰਿਹਾ ਜਿਹੜਾ ਨਾਮ ਤੋਂ, ਨਾਮ ਤਾਂ ਤੁਹਾਨੂੰ ਪਤਾ ਨਗਦ ਘੱਟ ਹੁੰਦੇ ਸੀਗੇ, ਅਤੇ ਇਹੋ ਜਿਹੇ ਟੂਰਨਾਮੈਂਟ ਦੇ ਕਾਫੀ ਹੁੰਦੇ। ਵੈਸੇ ਜੀ ਜਰਖੜ ਦੇ ਖੇਡ ਮੇਲੇ 'ਤੇ ਮੇਰੇ 'ਤੇ 1,000 ਰੁਪਇਆ ਲਾਇਆ ਸੀਗਾ ਕਿਸੇ NRI ਬੰਦੇ ਨੇ, ਜਿਹੜਾ ਫੜੂਗਾ ਇਹਨੂੰ ਜੀ, ਅਤੇ ਮੈਂ ਉੱਥੇ ਨਹੀਂ ਫੜਿਆ ਗਿਆ ਜੀ, ਉਹ ਮੈਨੂੰ 1,000 ਰੁਪਏ ਦਿੱਤਾ ਸੀ ਉਹਨਾਂ ਨੇ ਉੱਥੇ ਜੀ। ਦੋਹਾਂ ਦੀ ਰੇਡਾਂ 'ਤੇ ਲੱਗੇ ਸੀਗੇ ਸਾਡੇ, ਨਿੰਮੇ ਦੇ ਵੀ ਅਤੇ ਤੁਹਾਡੇ। ਹਾਂਜੀ ਹਾਂਜੀ ਹਾਂਜੀ। ਅਤੇ ਬਾਈ ਜੀ, ਕੁਛ ਕੁ ਖਿਡਾਰੀਆਂ ਦਾ ਜ਼ਿਕਰ ਤਾਂ ਤੁਸੀਂ ਨਾਲ ਦੀ ਨਾਲ ਟੀਮਾਂ ਦੇ ਵਿੱਚ ਕਰਦੇ ਰਹੇ ਹੋ, ਹਾਂਜੀ, ਅਤੇ ਹੋਰ ਜੇ ਆਪਾਂ ਆਲ ਪੰਜਾਬ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਤੁਹਾਡੇ ਸਮਕਾਲੀ ਖਿਡਾਰੀ ਕਿਹੜੇ ਸੀ? ਆਲ ਪੰਜਾਬ ਦੇ ਖਿਡਾਰੀ ਜੀ ਲਾ ਲਓ ਨੈਸ਼ਨਲ ਸਟਾਈਲ ਦੇ ਵਿੱਚ, ਦਿੜਬੇ ਵਾਲੇ ਕਰਨੇ ਹੋਣੇ, ਰਚਨੇ ਹੋਣੇ, ਪਾਲੇ ਹੋਣੇ, ਤਾਰੀ ਹੋਣੇ, ਮੇਰੇ ਨਾਲ ਦੇ ਪਲੇਅਰ ਹੀ ਨੇ ਇਹ। ਹਾਂਜੀ, ਅਤੇ ਪੰਜਾਬ ਸਟਾਈਲ ਦੀ ਗੱਲ ਕਰੀਏ ਜੀ, ਇੱਧਰੋਂ ਆਪਣੇ ਸੋਮਾ ਘਰਾਚੋਂ ਹੋ ਗਿਆ ਜੀ, ਬਿਰਧਨ ਵਾਲੇ ਹੋ ਗਏ, ਨੀਲੋਂ ਵਾਲੇ ਹੋ ਗਏ, ਬਲਜਿੰਦਰ ਹੋਣੇ, ਹਾਂਜੀ, ਅਤੇ ਘਲੋਟੀ ਵਾਲੇ, ਹਾਂਜੀ, ਜੱਸੀ ਹੋਣੇ, ਲਵਲੀ ਹੋਣੇ, ਇਹ ਉਦੋਂ ਦੇ ਖਿਡਾਰੀ ਸਾਡੇ ਨਾਲ। ਸਿੰਘਾਂ ਦੌਦ ਵਾਲੇ ਘੋਲ ਹੋਣੇ ਹੋ ਗਏ ਜੀ, ਮਤੋਈ ਤੋਂ ਬੰਤ ਤੇ ਪੀਰੀਆ, ਹਾਂਜੀ ਹਾਂਜੀ, ਅਤੇ ਇੱਧਰ ਬਾਕੀ ਬਾਜ ਹੋਣੇ ਨੇ ਜੀ, ਬੈਲੀ ਹੋਣੇ, ਆਪਣੇ ਇੱਧਰ ਨੰਨੂ ਹੋਣੇ, ਹਾਂਜੀ ਹਾਂਜੀ, ਅਤੇ ਇੱਧਰੋਂ ਆਪਣੇ ਖਿਲਰੀਆਂ ਵਾਲੇ ਪਲੇਅਰ ਨੇਗੇ, ਗੋਗੀ ਹੋਣੇ, ਹਾਂਜੀ ਹਾਂਜੀ, ਇਹ ਸਾਡੇ ਨਾਲ ਦੇ ਪਲੇਅਰ ਨੇ ਜੀ, ਜੀ ਵਧੀਆ ਟੀਮਾਂ ਵਾਲੇ ਸੀਗੇ, ਵਧੀਆ ਖੇਡਦੇ ਸੀਗੇ ਜੀ। ਹਾਂਜੀ ਹਾਂਜੀ, ਮਾਝੀ ਆਪਣਾ ਜੰਡ ਵਾਲਾ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਇਹ ਸਭ ਤੋਂ ਜੂਨੀਅਰ ਹੀ ਹਾਂ ਜੀ। ਹਾਂਜੀ 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 ਜੀ। ਅਤੇ ਤੁਹਾਡੇ ਮਨਪਸੰਦ ਖਿਡਾਰੀ ਕਿਹੜਾ ਸੀ, ਰੇਡਰ ਵੀ ਅਤੇ ਯਾਫੀ ਵੀ, ਤੁਹਾਡੇ ਮਨ ਨੂੰ ਕਿਹੜਾ ਵਧੀਆ ਲੱਗਦਾ ਸੀ ਉਸ ਟਾਈਮ ਜੀ? ਜਿਹੜਾ ਵਧੀਆ ਪਲੇ ਮਨਪਸੰਦ ਪਲੇਅਰ ਸੀਗਾ ਜੀ ਆਪਣੇ ਬਿੱਟੂ ਜਸਪਾਲ ਬਾਂਗਰ ਵਾਲੀ ਖੇਡ ਤੋਂ, ਆਪਾਂ ਮਤਲਬ ਮੈਂ ਉਹਦੀ ਖੇਡ ਦੇਖ ਕੇ ਆਪਦੇ ਆਪ ਨੂੰ ਮਤਲਬ ਪਸੰਦ ਕਰਦਾ ਸੀ ਉਹਨੂੰ, ਅਤੇ ਮੈਂ ਪਿੰਡ ਦੇ ਗਰਾਊਂਡ ਦੇ ਵਿੱਚ ਵੀ ਜਿਵੇਂ ਅਸੀਂ ਕਬੱਡੀ ਖੇਡਦੇ ਹਾਂ, ਪ੍ਰੈਕਟਿਸ ਕਰਦੇ ਹਾਂਗੇ, ਅਤੇ ਮੈਂ ਉਦੋਂ ਜਿਸ ਤਰ੍ਹਾਂ ਬਿੱਟੂ ਦਾ ਸਟਾਈਲ ਹੁੰਦਾ ਸੀ, ਜਿਵੇਂ ਕਬੱਡੀ ਪਾਉਂਦਾ ਸੀ, ਉਹ ਮਾੜੀ ਜਿਹੀ ਉਂਗਲੀ ਕਰ ਦਿੰਦਾ ਸੀ ਜੀ ਬਾਈ ਆਪਣਾ, ਹਾਂਜੀ ਹਾਂਜੀ, ਬਹੁਤ ਹੀ ਵਧੀਆ ਲੱਗਦਾ ਸੀ ਉਹ, ਮਤਲਬ 16-16 ਨਹੀਂ ਸੀ ਮਾਰਦਾ, ਬਸ ਪੁਆਇੰਟ ਲਿਜਾਣਾ, ਧੀਮੇ ਜਿਹੇ ਚੱਲਣਾ, ਮਾੜੀ ਜਿਹੀ ਉਂਗਲੀ, ਇੰਨੀ ਕੁ ਉਂਗਲੀ ਦਿਖਾਉਣੀ ਹੈ, ਗਿਆ ਮੈਂ ਪਿੰਡ, ਅਤੇ ਉੱਦਾਂ ਕਬੱਡੀ ਪਾ ਕੇ ਆਹ ਚੱਲਿਆ ਵੀ ਬਿੱਟੂ ਜਸਪਾਲ ਵਾਂਗਰ ਵਾਲਾ, ਚਲੋ ਬਾਅਦ 'ਚ ਪਰਮਾਤਮਾ ਨੇ ਉਹਨਾਂ ਨੂੰ ਖੇਡਣ ਦਾ ਟਾਈਮ ਦਿੱਤਾ। ਹਾਂਜੀ ਹਾਂਜੀ ਹਾਂਜੀ, ਉਦੋਂ ਨਿਆਣੇ ਸੀਗੇ ਪਹਿਲਾਂ, ਹਾਂਜੀ, ਪੂਰੇ ਪ੍ਰਭਾਵ ਸੀ ਉਹਦੀ ਖੇਡਣ ਦਾ। ਹਾਂਜੀ ਹਾਂਜੀ, ਅਤੇ ਬਾਈ ਜਗਤਾਰ ਧਨੌਲਾ ਜਾਫੀ, ਹਾਂ ਜਾਫੀ, ਬਹੁਤ ਵਧੀਆ ਨੇ ਜੀ, ਹੁਣ ਵੀ ਬਹੁਤ ਹੀ ਵਧੀਆ ਨੇ, ਇਨਸਾਨ ਵੀ ਬਹੁਤ ਵਧੀਆ ਨੇ, ਇਹ ਤਾਂ ਸਾਰੇ ਜਿਹੜੇ ਪੁਰਾਣੇ ਪਲੇਅਰ ਨੇ ਜੀ, ਹਾਂਜੀ, ਹਰਜੀਤ ਤੋਂ ਜਿੰਨੇ ਵੀ ਕਾਲੇ ਹੋਣੇ ਹੋ ਗਏ, ਇਹ ਤਾਂ ਪੰਜਾਬ ਦਾ ਸਰਮਾਇਆ ਨੇ ਜੀ। ਬਿਲਕੁਲ ਜੀ, ਬਿਲਕੁਲ, ਬਹੁਤ ਹੀ ਵਧੀਆ, ਹਾਂਜੀ ਹਾਂਜੀ, ਹਲੀਮੀ ਵਾਲੇ ਪਲੇਅਰ ਨੇ ਜੀ। ਹਾਂਜੀ, ਅਤੇ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਇਸ ਦੌਰ ਦੇ ਕਿਹੜੇ ਮਨਪਸੰਦ ਖਿਡਾਰੀ ਤੁਹਾਡੇ? ਅੱਜ ਕੱਲ੍ਹ ਜੀ ਵਧੀਆ ਨੇ ਪਲੇਅਰ, ਸੁਲਤਾਨ ਜਿਵੇਂ ਆਪਣਾ ਸਮਸਪੁਰੀ ਆ, ਹਾਂਜੀ, ਪ੍ਰੀਤਮ ਭਲਵਾਨ ਜੀ ਦਾ ਬੇਟਾ, ਹਾਂਜੀ ਹਾਂਜੀ ਬੇਟਾ, ਅਤੇ ਦਿੜਬੇ ਵਾਲਾ ਆਪਣਾ ਭਾਰਾ ਰੇਡਰ ਆ ਜਿਹੜਾ ਸੰਦੀਪ ਲੁੱਧਰ ਜੀ, ਸੰਦੀਪ ਲੁੱਧਰ, ਹਾਂਜੀ ਜੀ, ਇਹ ਵੀ ਬਹੁਤ ਸੋਹਣਾ ਖੇਡਦੇ ਨੇ, ਅਤੇ ਇਹਨਾਂ ਤੋਂ ਬਿਨਾਂ ਬਾਕੀ ਪਲੇਅਰ ਨੇ ਜਿਹੜੇ ਪੁਰਾਣੇ ਨੇ ਜੀ, ਮਤਲਬ ਆਹ ਨਵੇਂ ਨੇ, ਹਾਂਜੀ, ਵਧੀਆ ਜਿਹੜੇ ਮਤਲਬ ਦੇਸੀ ਖੁਰਾਕ ਨਾਲ ਖੇਡਦੇ ਨੇ ਉਹ ਸਾਰੇ ਵਧੀਆ ਹੀ ਨੇ ਜੀ। ਹਾਂਜੀ, ਉਹ ਤਾਂ ਚਲੋ ਰੇਡਰਾਂ ਦੀ ਗੱਲ ਹੋਊਗੀ, ਅਤੇ ਜਾਫੀ ਕਿਹੜੇ ਵਧੀਆ ਹੈ ਹੁਣ? ਜਾਫੀ ਹੁਣ ਜੀ ਇੱਕ ਤਾਂ ਜਾਦਾ ਬਹੁਤ ਵਧੀਆ ਜੀ, ਜੀ ਸੁਰਖਪੁਰੀ ਆ, ਜਾਦਾ ਵੀ ਬਹੁਤ ਵਧੀਆ, ਹਾਂਜੀ, ਇੱਕ ਮੁੰਡਾ ਕਲੋਜ਼ ਫਿਟਰ ਕਹਿੰਦੇ ਆ ਉਹਨੂੰ, ਉਹ ਆਪਣਾ ਕੀ ਆ ਨਾ ਉਹਦਾ, ਪਾਲਾ ਜੀ, ਪਾਲਾ, ਹਾਂਜੀ, ਉਹ ਵੀ ਬਹੁਤ ਵਧੀਆ ਹੈਗਾ, ਫਰਿਆਦ ਵੀ ਮੁੰਡਾ ਜਿਹੜਾ ਜਾਫੀ ਆ, ਸੋਹਣਾ ਜੀ ਅੱਜ ਕੱਲ੍ਹ ਦੇ ਪਲੇਅਰਾਂ 'ਚੋਂ, ਹਾਂਜੀ ਹਾਂਜੀ ਜੀ। ਅਤੇ ਬਾਈ ਜੀ, ਤੁਹਾਡੇ ਮਾਨ ਸਨਮਾਨ ਕਿੰਨੇ ਕੁ ਹੋਏ ਆ ਜੀ? ਮਾਨ ਸਨਮਾਨ ਦੀ ਜੇ ਗੱਲ ਕਰੀਏ ਜੀ, ਊਂ ਤਾਂ ਟੂਰਨਾਮੈਂਟ 'ਚ ਜਾਂਦੇ ਹੁੰਦੇ ਰਹਿੰਦੇ ਹਾਂਗੇ, ਪਹਿਲਾਂ ਚਲੋ ਆਪਾਂ ਪਲੇਅਰ ਨੂੰ ਇਹ ਹੁੰਦਾ ਵੀ ਜਦੋਂ ਆਪਾਂ ਕਿਸੇ ਟੂਰਨਾਮੈਂਟ 'ਤੇ ਜਾਂਦੇ ਹਾਂ ਉਹਨਾਂ ਦੀ ਇੱਜ਼ਤ ਹੋਣੀ ਚਾਹੀਦੀ ਆ, ਕਰਦੇ ਆ ਲੋਕ ਕਮੈਂਟਰ ਬਹੁਤ ਵੀ ਖੜ੍ਹੇ ਆ ਗੋਲੂ, ਆਪਦੇ ਏਰੀਏ ਦਾ ਆਪਣੇ ਟਾਈਮ ਦਾ ਪ੍ਰਸਿੱਧ ਪਲੇਅਰ ਆ ਜੀ, ਹਾਂਜੀ ਹਾਂਜੀ, ਆਪਣੇ ਸਟੇਜ 'ਤੇ ਆਓ ਅਤੇ ਬਹੁਤ ਵਧੀਆ। ਇਹ ਤੋਂ ਬਿਨਾਂ ਜੀ ਮਾਨ ਸਨਮਾਨ ਆ ਜਿਹੜਾ ਸਾਡਾ ਤਾਂ ਜਿਹੜੇ ਪੂਰੀ ਟੀਮ ਦਾ ਹੀ ਉੱਥੇ ਮੁੰਡਾ ਨਰਸੀ ਅਤੇ ਆਪਣੇ ਸੇਬੀ ਆ ਉਹਨਾਂ ਦਾ ਪੂਰਾ ਕਲੱਬ, ਉਹਨਾਂ ਨੇ ਸਾਡੀ ਟੀਮ ਦਾ ਬਹੁਤ ਵਧੀਆ ਜਿਤਮਾਨ ਕਰਿਆ ਸੀ ਅੱਜ ਤੋਂ 10-12 ਸਾਲ ਪਹਿਲਾਂ ਸਾਡੇ, ਹਾਂਜੀ, ਅਤੇ ਜਾਣੀ ਮਤਲਬ ਪੂਰਾ ਵਧੀਆ ਵਿਸ਼ੇਸ਼ ਸਨਮਾਨ ਕੀਤਾ ਜੀ ਉਹਨਾਂ ਨੇ, ਫੋਟੋਆਂ ਫਾਟਾਂ ਵੀ ਲਾਈਆਂ ਸਾਡੀਆਂ, ਹਾਂਜੀ,
ਅਤੇ ਇਸ ਤੋਂ ਬਿਨਾਂ ਜੀ ਜਨਾਲੀ ਦੀ ਧਰਤੀ 'ਤੇ ਜਨਾਲੀ ਵਾਲੇ ਆਪਣੇ ਹਰਿੰਦਰ ਸਰਪੰਚ ਉਹਨਾਂ ਦੀ ਕਲੱਬ ਸਾਰੀ ਸਮੁੱਚੀ ਇਹਨਾਂ ਨੇ ਹਾਂਜੀ ਅਤੇ ਆਪਣੇ ਰਾਜਿੰਦਰ ਜੀ ਜੀ ਆਪਣੇ UK ਧਲੇਰ ਤੋਂ ਆ ਦੋਸਤ ਮੇਰਾ ਉਹ ਅਤੇ ਬਹੁਵੀ ਮੇਰਾ ਦੋਸਤ ਕੈਨੇਡਾ ਤੋਂ ਹਾਂਜੀ ਅਤੇ ਕੁਲਦੀਪ ਆਸਟ੍ਰੇਲੀਆ ਅਤੇ ਮਨਿੰਦਰਜੀਤ ਬਾਬੂ ਜੀ ਇਹ ਵੀ ਸਾਡੇ ਦੋਸਤ ਨੇ ਅਤੇ ਜਨਾਲੀ ਦੇ ਕਲੱਬ ਨੇ ਇਹਨਾਂ ਨੇ ਜੀ ਮੈਨੂੰ 1.25 ਤੋਲੇ ਦੀ ਮੁੰਦਰੀ ਦੇ ਨਾਲ ਸਨਮਾਨ ਕੀਤਾ ਸੀਗਾ ਜੀ ਅਤੇ ਨਾਲ ਹਾਂਜੀ ਕਦੋਂ ਹੋਇਆ ਸੀ ਇਹ ਜੀ 6 ਸਾਲ ਹੋ ਗਏ ਹੋਣਗੇ ਮੇਰੇ ਖਿਆਲ 'ਚ ਹਾਂਜੀ ਜੀ ਅਤੇ ਉਦੋਂ ਬਹੁਤ ਖੁਸ਼ੀ ਅਤੇ ਨਾਲ ਜਿਹੜੇ ਕਮੈਂਟਰ ਸੀਗੇ ਜੀ ਇਹ ਨਛੱਤਰ ਸਿੰਘ ਜੀ ਦਲੀਜ ਅੱਜ ਕੱਲ੍ਹ ਸਰਪੰਚੀ ਨਿਭਾ ਰਹੇ ਨੇ ਹਾਂਜੀ ਇਹਨਾਂ ਨੇ ਉਹ ਮਤਲਬ ਮੇਰਾ ਮੁੰਦਰੀ ਪਵਾਉਣ ਤੋਂ ਬਾਅਦ 'ਚ ਢੋਲ ਦੇ ਨਾਲ ਜੀ ਗੇੜਾ ਦਵਾਇਆ ਸੀਗਾ ਜੀ ਬਹੁਤ ਖੁਸ਼ੀ ਹੋਈ ਅਤੇ ਨਾਲ ਇਹਨਾਂ ਨੇ ਮੈਨੂੰ ਖੇਡਦੇ ਹੋਏ ਦੇਖਿਆ ਜੀ ਨਛੱਤਰ ਜੀ ਨੇ ਜੀ ਅਤੇ ਇਹਨਾਂ ਦੇ ਨਾਲ ਦੀ ਨਾਲ ਮੇਰੀ ਜਿਹੜੀ ਜਹਿਜੀ ਰੇਡ ਹੁੰਦੀ ਸੀ ਜਿਵੇਂ ਬਹੁਤ ਵਧੀਆ ਬੋਲਾਂ ਦੇ ਨਾਲ ਮਤਲਬ ਉੱਥੇ ਨਛੱਤਰ ਜੀ ਨੇ ਬੋਲਿਆ ਜੀ ਵੀ ਭਾਈ ਤੁਹਾਡੇ ਇਲਾਕੇ ਦਾ ਵਧੀਆ ਪ੍ਰਸਿੱਧ ਪਲੇਅਰ ਸੀ ਅੱਜ ਉਹਦਾ ਸਨਮਾਨ ਹੋ ਰਿਹਾ ਹਾਂਜੀ ਸਾਰੇ ਇਲਾਕੇ ਨੇ ਖੁਸ਼ੀ ਬਹੁਤ ਕਰੀ ਹੈ ਜੀ ਅਤੇ ਧੰਨਵਾਦ ਕਰਦੇ ਹਾਂ ਯਾਰਾਂ ਦੋਸਤਾਂ ਤੁਹਾਨੂੰ ਪਤਾ ਜੀ ਯਾਰ ਦੋਸਤ ਰੱਬ ਵਰਗੇ ਹੁੰਦੇ ਆ ਹਾਂਜੀ ਇਹਨਾਂ ਨੇ ਬਹੁਤ ਵਧੀਆ ਉਦੋਂ ਜੀ ਸਨਮਾਨ ਕਰਿਆ ਮੇਰਾ ਜੀ ਮਤਲਬ ਕਿ ਲੋਕਾਂ ਦੇ ਵਿੱਚ ਤੁਹਾਡਾ ਨਾਂ ਲੈ ਕੇ ਬੋਲਣਾ ਤੁਹਾਨੂੰ ਫਖਰ ਅਤੇ ਸਭ ਤੋਂ ਵੱਡਾ ਸਨਮਾਨ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਉਹਦਾ ਹਾਂਜੀ 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 ਹਾਂ ਵੀ ਯਾਰਾਂ ਦੋਸਤਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਨਮਾਨ ਕੀਤਾ ਜੀ ਬਹੁਤ ਵਧੀਆ ਇੱਜ਼ਤ ਕਰੀ ਹੈ ਜੀ ਹਾਂਜੀ ਹਾਂਜੀ ਸੋ ਬੜਾ ਵਧੀਆ ਲੱਗ ਰਿਹਾ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਹੁਣ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ ਕੀ ਕੁਛ ਚੱਲਦਾ ਜਿਵੇਂ ਹੁਣ ਤੁਸੀਂ ਪੜ੍ਹਾਈ ਕੀਤੀ BA ਤੱਕ ਕੋਈ ਨੌਕਰੀ ਵਗੈਰਾ ਦੀ ਟਰਾਈ ਨਹੀਂ ਕੀਤੀ ਹਾਂਜੀ ਨੌਕਰੀ ਅਸੀਂ ਪੰਜਾਬ ਆਰਮਡ ਪੁਲਿਸ 'ਚ ਹੋ ਗਏ ਸੀਗੇ ਜੀ IG ਮਹਿਲ ਸਿੰਘ ਭੁੱਲਰ ਨੇ ਸਾਨੂੰ ਭਰਤੀ ਕਰਿਆ ਸੀਗਾ ਤਕਰੀਬਨ 5 ਮੈਂਬਰਾਂ ਨੂੰ ਪਿੰਡ ਲੈਣ ਜੀ ਕਿਉਂਕਿ ਮਸਤੂਣਾ ਸਾਹਿਬ ਉਦੋਂ IG ਮਹਿਲ ਸਿੰਘ ਭੁੱਲਰ ਆਇਆ ਸੀਗੇ ਜੀ ਅਤੇ ਉਹ ਆਪਦੇ ਨਾਲ ਇੱਕ ਟੀਮ ਲੈ ਕੇ ਆਏ ਸੀਗੇ ਜੀ ਜੀ ਮਸਤੂਣਾ ਟੂਰਨਾਮੈਂਟ ਅਸੀਂ ਜੇਤੂ ਸੀਗੇ ਜੀ ਉੱਥੇ ਦਾ 10,000 ਉਦੋਂ ਨਾਲ ਨਾਮ ਸੀ ਵੱਡਾ ਸਭ ਤੋਂ ਜੀ ਅਤੇ IG ਸਾਹਿਬ ਆਪਦੇ ਨਾਲ PAP ਦੀ ਟੀਮ ਲੈ ਕੇ ਆਇਆ ਸੀ ਜਿਸ ਦੇ ਵਿੱਚ ਵੀ ਲੱਖੀ ਆਪਣੀ ਗਾਜੀਪੁਰ ਵਾਲਾ ਲੱਖਾ ਖੇਡਦਾ ਸੀ ਮਤਲਬ ਕੈਪਟਨ ਸੀ ਬਾਕੀ ਪਲੇਅਰ ਸਾਰੇ ਨਵੇਂ ਸੀ ਉਹਨਾਂ ਨੂੰ ਹੋਰ ਸੀਗੇ ਉਸ ਟਾਈਮ ਨਹੀਂ ਜਾਣਦੇ ਸੀਗੇ ਅਤੇ ਇੱਧਰੋਂ ਨਾ ਮਸਤੂਣਾ ਸਾਹਿਬ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੇ ਜ਼ਿਲ੍ਹੇ ਦੀ ਟੀਮ ਬਣਾ ਲਓ ਅਸੀਂ ਉਹਦੇ ਵਿੱਚ ਜੀ ਰੇਡਰ ਤਾਂ ਕੋਈ ਹੈ ਨਹੀਂ ਸੀ ਅਸੀਂ 2 ਪਲੇਅਰ ਚੱਕਰ ਦੇ ਪਾਲੇ ਸੀਗੇ ਅਤੇ ਇੱਕ ਰਣਜੀਤ ਸੀਗਾ ਜੀ ਝਨੇਰ ਵਾਲਾ ਅਤੇ ਇਹ ਵੀ ਉਦੋਂ ਸਾਡੇ ਨਾਲ ਰੇਡ ਹੀ ਪਾਉਣ ਲੱਗ ਗਿਆ ਸੀਗਾ ਅਤੇ 2 ਪਲੇਅਰ ਅਸੀਂ ਬਾਕੀ ਅਸੀਂ ਪਿੰਡ ਵਾਲੇ ਸੀਗੇ ਜੀ ਅਤੇ ਅਸੀਂ ਜਿਹੜਾ PAP ਨੇ ਮੈਚ ਲਾਇਆ ਜੀ ਅਸੀਂ ਉਹ ਟੀਮ ਹਰਾਈ ਜੀ 4-5 ਪੁਆਇੰਟਾਂ 'ਤੇ ਜੀ PAP ਦੀ ਉਸ ਟਾਈਮ ਅਤੇ IG ਮੈਂ ਸਭ ਭੁੱਲਰ ਬੈਠੇ ਸੀ ਸਟੇਜ ਦੇ ਉੱਤੇ ਜੀ ਅਤੇ ਉਹਨਾਂ ਨੇ ਜਦ ਹੀ ਉੱਥੇ ਜਿਹੜਾ ਮਤਲਬ DP ਜੋ ਗਰਾਊਂਡ ਸੰਚਾਲਕ ਸੀਗਾ ਜੀ ਉਹਨਾਂ ਨੂੰ ਕਿਹਾ ਵੀ ਜਿਹੜੀ ਕੰਗਾਂ ਦੀ ਟੀਮ ਜਿੱਤੀ ਆ ਇਹਨਾਂ ਦੇ ਮੈਂਬਰਾਂ ਨੂੰ ਮੈਨੂੰ ਜ਼ਰੂਰ ਮਿਲਾਓ ਹਾਂਜੀ ਅਤੇ ਉੱਥੇ ਹੀ ਸਾਨੂੰ ਉਹਨਾਂ ਨੇ ਇਹ ਗੱਲ ਕਹਿਤੀ ਸੀਗੀ ਜੀ ਵੀ ਤੁਹਾਡੇ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ ਜੀ ਅਤੇ ਅਸੀਂ ਲਾਈਨਾਂ ਦੇ ਮੈਚ ਲਵਾਏ ਵੀ ਨੇ ਪਰ ਥੋੜ੍ਹੇ ਟਾਈਮ ਬਾਅਦ ਹੀ ਬਸ ਫਿਰ ਰੁਕ ਜਿਹਾ ਐਂ ਹੋ ਗਿਆ ਵੀ ਚਲੋ ਬਿਜਲੀ ਬੋਰਡ 'ਚ ਆਵਾਂਗੇ ਚਲੋ ਜੀ ਬਸ ਉੱਧਰੋਂ ਖਿਹੜਾ ਛੱਡਿਆ ਹੁੰਦਾ ਜੀ ਉਹ ਭਰਤੀ ਹੋ ਗਏ ਤੁਸੀਂ ਉਹਦੇ 'ਚ ਹਾਂਜੀ 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 ਅਤੇ ਸਾਡੇ ਨਾਲ ਦੇ ਪਲੇਅਰ ਜਿਹੜੇ ਸਾਡੇ ਮਤਲਬ ਨਾਰੀ ਕਹਿੰਦੇ ਹੋ ਗਏ ਜੀ ਮੁੰਡੇ ਜੀ ਆਪਣੇ ਮਰੀਕ ਉਹਨੇ ਹੋ ਗਏ ਮੇਰੇ ਨਾਲ ਪੜ੍ਹਦੇ ਵੀ ਸੀ ਉਹ ਹਾਂਜੀ ਉਹ ਭਰਤੀ ਹੋ ਗਏ ਸੀ ਕੋਰਸ ਵਿੱਚੋਂ ਹੁਣ ਕੈਨੇਡਾ ਚਲੇ ਗਏ 3-4 ਬੰਦੇ ਜਿਹੜੇ ਹੁਣ ਮੌਕੇ 'ਤੇ ਭਰਤੀ ਹੈਗੇ ਨਹੀਂ ਜੋ ਸਾਡੇ ਨਾਲ ਦੇ ਨੇ ਉਹ ਜੀ ਅਤੇ ਚੌਧਰੀ ਸੀਗਾ ਜੀ ਇੱਕ ਤਿੜਬੇ ਵਾਲੀ ਟੀਮ 'ਚ ਖੇਡਦਾ ਉਹਦੀ ਨੈਸ਼ਨਲ ਸਟਾਈਲ ਉਹ ਵੀ ਉਸ ਟਾਈਮ ਭਰਤੀ ਸੀਗਾ ਜੀ ਉੱਥੇ ਪੱਪੂ ਚੌਧਰੀ ਪੱਪੀ ਹਾਂਜੀ ਪੱਪੂ ਚੌਧਰੀ ਹਾਂਜੀ ਜੀ ਉਹਦਾ ਨੈਸ਼ਨਲ ਸਟਾਈਲ ਹਾਂਜੀ ਤੁਹਾਡੇ ਵਿੱਚ ਰਹਿ ਕੇ ਨਾ ਕਾਫੀਆਂ ਦਾ ਤਾਂ ਮੈਨੂੰ ਵੀ ਪਤਾ ਲੱਗ ਗਿਆ ਹਾਂਜੀ ਹਾਂਜੀ ਕਈ ਕਿਤੇ ਨਾ ਕਿਤੇ ਜਦੋਂ ਅੜਦਾ ਜਾਂ ਜਿਹੜਾ ਜੇ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਦਾ ਨਾ ਉਹਨਾਂ ਜੀ ਹਾਂਜੀ 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 ਹਾਂ ਉਹ ਕਿਉਂਕਿ ਤੁਹਾਡਾ ਏਰੀਆ ਜੀ ਉਹ ਤੁਸੀਂ ਪਲੇਅਰਾਂ ਨਾਲ ਮਿਲਦੇ ਗੁਲਦੇ ਰਹਿੰਦੇ ਹੋਵੋਗੇ ਹਾਂਜੀ ਉਹਦੇ ਹੁਣ ਜਿਵੇਂ ਤੁਸੀਂ ਅੱਗੇ ਦੱਸਿਆ ਤਾਂ ਅੱਗੇ ਦੀ ਅੱਗੇ ਪਲੇਅਰਾਂ ਬਾਰੇ ਸਾਨੂੰ ਵੀ ਜਾਣਕਾਰੀ ਮਿਲਦੀ ਹੈ ਹਾਂਜੀ ਹਾਂਜੀ ਐਜ਼ ਏ ਕਮੈਂਟੇਟਰ ਸਾਨੂੰ ਗਰਾਊਂਡਾਂ ਦੇ ਵਿੱਚ ਬੋਲਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਇਸ ਚੀਜ਼ ਦੀ ਬਿਲਕੁਲ ਕਬੱਡੀ ਦੇ ਇਤਿਹਾਸ ਬਾਰੇ ਕਾਫੀ ਪਤਾ ਲੱਗਦਾ ਵੈਸੇ ਤਾਂ ਬਹੁਤ ਵੱਡਾ ਸਮੁੰਦਰ ਹੈ ਜੀ ਕਬੱਡੀ ਹਾਂਜੀ 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 ਬਹੁਤ ਪਲੇਅਰ ਤਕੜੇ ਬਹੁਤ ਖੇਡੇ ਨੇ ਜੀ ਹਾਂਜੀ ਹਾਂਜੀ ਪੁਰਾਣੇ ਹਾਂਜੀ ਤੇ ਅੱਜ ਕੱਲ੍ਹ ਫਿਰ ਕੀ ਕੰਮ ਕਾਰ ਚੱਲਦਾ ਤੁਹਾਡਾ ਜੀ ਅੱਜ ਕੱਲ੍ਹ ਜੀ ਆਪਾਂ ਬਸ ਬਾਹਰੋਂ ਆ ਕੇ ਬਸ ਕਬੱਡੀ ਤਾਂ ਨਹੀਂ ਖੇਡੀ ਹੈਗੀ ਅਤੇ ਇੱਕ ਮੈਚ ਲਾਇਆ ਸੀਗਾ ਜੀ ਤੁਹਾਡੇ ਨਾਲ ਮੈਂ ਸਾਂਝਾ ਕਰ ਲੈਂਦਾ ਬਾਹਰੋਂ ਕਦੋਂ ਆਏ ਸੀ ਮੈਂ 97 'ਚ ਆ ਗਿਆ ਸੀਗਾ ਜੀ ਅਤੇ ਆਉਣ ਸਾਰੇ ਸਾਡੇ ਪਿੰਡ ਦੀ 62 ਕਿਲੋ ਦੀ ਟੀਮ ਸੀਗੀ ਜੀ ਅਸੀਂ ਚਲੇ ਗਏ ਜੀ ਜਿਹੜਾ ਆਪਣੇ ਲੇਖਕ ਆ ਬਚਨ ਬੇਦਲ ਬਡਰੁੱਖਾ ਦੇ ਪਿੰਡ ਜੀ ਅਤੇ ਉਸ ਟਾਈਮ ਜੀ ਰਣਜੀਤ ਮਣੀ ਨੂੰ ਲੱਗਣਾ ਸੀਗਾ ਉਸ ਦਿਨ ਅਤੇ ਉਹਨਾਂ ਨੇ ਸਾਰੇ ਟੂਰਨਾਮੈਂਟ ਖਤਮ ਕਰਨਾ ਸੀਗਾ ਜੀ ਅਤੇ ਚਲੋ ਜੀ ਪਹਿਲਾ ਮੈਚ ਸਾਡਾ ਕਿਸੇ ਨਾਲ ਦੂਜਾ ਦੇਣਾ ਮਤਲਬ ਗੱਲ ਮੈਂ ਕਹੂੰ ਸੈਮੀ ਫਾਈਨਲ ਮੈਚ ਮੇਰਾ ਗਰਲਾਲ ਘਨੌਰ ਨਾਲ 62 ਕਿਲੋ ਦਾ ਨਹੀਂ ਜੀ ਇੱਕ ਪਿੰਡ ਓਪਨ ਦਾ ਜੀ ਬਾਹਰ ਪਲੇਅਰ 62 ਕਿਲੋ ਸੀ ਮੇਰੇ ਨਾਲ
ਤੇ ਦੋ ਪਲੇਅਰ ਸੀਗੇ ਓਪਨ ਵਾਲੇ, ਤਿੰਨ ਚਾਣੀ ਚਾਰ ਹੈਗੇ ਸੀ ਅਸੀਂ, ਤੇ ਮੈਂ ਇਹਨਾਂ ਨੂੰ ਪੁੱਛਿਆ ਕਿਉਂਕਿ ਘਨੌਰ ਆ ਜਿਹੜਾ ਨਾ ਇਹ, ਮੈਨੂੰ ਨਹੀਂ ਸੀ ਪਤਾ ਵੀ ਉਹ ਘਨੌਰ ਆ, ਮੈਨੂੰ ਐਂ ਸੀ ਵੀ ਦੇਸ਼ ਭਗਤ ਕਾਲਜ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂਗੇ ਅਤੇ ਨਾਲ ਇੱਕ ਘਨੌਰ ਪਿੰਡ ਆ, ਹਾਂਜੀ, ਅਤੇ ਮੈਨੂੰ ਪਲੇਅਰਾਂ ਨੇ ਵੀ ਇਹੀ ਗੱਲ ਕਹੀ ਸੀ, ਕਹਿੰਦੇ ਵੀ ਆਹ ਨੇੜੇ ਦੇ ਘਨੌਰ ਸੀਗੇ ਨੇ, ਵੀ ਲੋਟ ਹੀ ਆ ਟੀਮ, ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਟੀਮ ਬਹੁਤ ਬੈਲੈਂਸ ਟੀਮ ਆ, ਵਿੱਕੀ ਜਾਫੀ ਵਧੀਆ ਸੀ ਉਹਨਾਂ ਦਾ, ਮੈਨੂੰ ਨਹੀਂ ਸੀ ਪਤਾ, ਅਤੇ ਮੈਂ ਆਪਦੇ ਨਾਲ ਦੇ ਮੁੰਡੇ ਨੂੰ ਕਿਹਾ, ਉਹਦਾ ਨਾਮ ਗੁੱਲੀ ਆ ਪਿੰਡ, ਮੈਂ ਵੀ ਪਹਿਲੀ ਪਾਇਆ ਉਦੋਂ ਬਾਅਦ ਦੇਖਾਂਗੇ ਝੱਟ ਫਿਰ ਆਪਾਂ, ਅਤੇ ਜਦੋਂ ਮੈਂ ਗਰਲਾਲ ਦੇਖਿਆ, ਗਰਲਾਲ 'ਤੇ ਬਹੁਤ ਸੋਹਣੀ ਤਿਆਰੀ ਸੀ, ਅਤੇ ਮੈਂ ਦੇਖਿਆ ਵੀ ਮੈਂ ਇਹ ਕਹਿੰਦੇ ਰੇਡਰ ਹੈ, ਅਤੇ ਲਓ ਜੀ ਮੈਚ ਸਟਾਰਟ ਹੋ ਗਿਆ ਜੀ, ਰੇਡ ਪੈ ਗਈ ਸੀ ਗਰਲਾਲ ਦੀ ਪਹਿਲੀ, ਅਤੇ ਬਹੁਤ ਵਧੀਆ ਮੈਚ ਚੱਲਿਆ ਜੀ, ਮੈਂ ਵਿੱਕੇ ਉਹਨੇ ਗੁੱਲੀ ਨੇ ਪਾਇਆ ਜੀ, ਉਹ ਆ ਗਏ ਸੈਕਿੰਡ 'ਚ ਪਲੇਅਰ ਨੂੰ ਹੱਥ ਲਾ ਕੇ, ਅਤੇ ਗਰਲਾਲ ਚਲਿਆ ਗਿਆ ਜੀ, ਮੈਂ ਜਦੋਂ ਗਿਆ ਜਾ ਕੇ ਮੈਂ ਉਹ ਮੈਨੂੰ ਦੱਸਿਆ ਸੀ ਕਿਸੇ ਨੇ, ਕਹਿੰਦੇ ਉੱਤੋਂ ਹੀ ਫੜਦਾ, ਉੱਤੋਂ ਫੜਨ ਵਾਲੇ ਦਾ ਜੀ ਮੈਨੂੰ ਬਹੁਤ ਜ਼ਿਆਦਾ ਵੱਡਾ ਹੁੰਦਾ ਸੀ ਸਿਸਟਮ, ਜੇ ਉੱਪਰੋਂ ਗੱਟ ਗੱਟ ਫੜਦਾ ਬੰਦਾ ਤਾਂ ਆਪਾਂ ਉਹਨੂੰ ਕੁਛ ਦਬਾਅ ਨਹੀਂ ਹੈਗੇ ਬਾਹਰ, ਕਿਹੜਾ ਜਾਫੀ ਸੀ ਉਹ? ਵਿੱਕੀ ਸੀਗਾ ਜੀ ਉਹਨਾਂ ਦਾ ਜਿਹੜਾ ਜਾਫੀ ਸੀ, ਮੈਨੂੰ ਉੱਤੋਂ ਗੁੱਟ ਫੜਦਾ ਜੀ ਹਲੇ ਉਹ, ਮੈਂ ਜਾਣ ਸਰ ਉਹਨੂੰ ਲੱਗਿਆ ਜੀ ਉਹਨੂੰ ਉਵੇਂ ਲੱਗਿਆ, ਅਤੇ ਲੱਗ ਕੇ ਸਟਰਗਲ ਚਾਲੂ ਹੋ ਗਈ, ਪੰਦਰੀ ਕੋਲ ਆ ਕੇ ਮੈਂ ਜਿਹੜਾ ਕੰਮ ਸੀ ਆਪਦਾ ਗੁੱਟ ਜਾ ਚਲੋ ਉਹ ਤੋਂ ਗੁੱਟ ਛਡਾ ਕੇ ਪਹਾੜੇ 'ਤੇ ਆ ਗਿਆ, ਅਤੇ ਜੀ ਮੈਚ ਬਹੁਤ ਵਧੀਆ ਚੱਲਦਾ ਚੱਲਦਾ ਜੀ, ਇੱਕ ਸਾਡਾ ਜਾਫੀ ਆ ਪਿੰਡੋਂ ਹੀ ਆ ਮੁੰਡਾ ਵੇਲਾ, ਉਹ ਤਾਂ ਚਲੋ ਠੀਕ ਆ ਖੇਡਦਾ ਨਹੀਂ ਹੈਗਾ, ਅਤੇ ਇੱਕ ਜੱਫਾ ਜੀ ਉਹਨੇ ਗਰਲਾਲ ਨੂੰ ਲਾਤਾ, ਅਤੇ ਇੱਕ ਸਾਡਾ ਦੋਸਤ ਸੀਗਾ ਜੀ ਬਾਠਾਂ ਵਾਲਾ ਜਿੱਤਾ, ਅਤੇ ਇੱਕ ਜੱਫਾ ਜਾਣੀ ਉਹਨੇ ਉਹ ਜੱਫਾ ਲਾ ਕੇ ਉਦੋਂ ਬਾਅਦ ਚੋਂ ਜਿਹੜਾ ਫਾਈਨਲ ਮੈਚ ਖੇਡਣ ਦੀ ਖੇਡਿਆ ਨਹੀਂ ਹੈਗਾ, ਇੰਨਾ ਕੁ ਜ਼ੋਰ ਜਾਣੀ ਗਰਲਾਲ ਨੇ ਉਹਦਾ ਲਵਾਤਾ, ਜਾਣੀ ਜੀ ਅਸੀਂ ਘਨੌਰ ਨੂੰ ਜਿੱਤ ਗਏ ਜੀ, ਸਾਡਾ ਫਾਈਨਲ ਮੈਚ ਮਟੋੜ ਲੈਣਾ ਸੀਗਾ ਉਹ ਵੀ ਖੇਡ ਲਿਆ, ਜਿੱਤ ਗਏ ਅਸੀਂ, ਅਤੇ ਉਦੋਂ ਮੈਨੂੰ ਜਾਣੀ ਬਹੁਤ ਜ਼ੋਰ ਲਾਇਆ ਪਲੇਅਰਾਂ ਨੇ, ਕਹਿੰਦੇ ਵੀ ਹੁਣ ਤਾਂ ਐਸਾ ਵੈਸਾ ਸਮਾਨ ਆਉਂਦਾ, ਹਾਂਜੀ, ਵੀ ਤੇਰੇ ਕੋਲ ਤਕਨੀਕ ਬਹੁਤ ਵਧੀਆ, ਵੀ ਤੈਨੂੰ ਮਹੀਨੇ 'ਚ ਹੀ ਐਂ ਕਰਦੇ ਹਾਂ, ਆਪਾਂ ਉਸ ਤੋਂ ਬਾਅਦ ਸੀ ਕਬੱਡੀ ਨਹੀਂ ਖੇਡੀ ਜੀ, ਜ਼ੋਰ ਬਹੁਤ ਲੱਗਿਆ, ਅਤੇ ਐਂ ਦੇਖਿਆ ਵੀ ਯਾਰ ਵੀ ਠੀਕ ਨਹੀਂ ਹੈਗਾ, ਮਤਲਬ ਹੁਣ ਨਹੀਂ ਖੇਡਣੀ ਹੈਗੀ, ਮੈਂ ਤੁਹਾਡੀ ਕਬੱਡੀ ਨੂੰ ਦੇਖ ਕੇ ਫਿਰ ਤੁਹਾਨੂੰ ਵੀ ਸਲਾਹ ਦਿੱਤੀ ਵੀ ਤੁਸੀਂ ਆਹ ਖੁਰਾਕ ਆਈ ਹੈ ਹੁਣ, ਹਾਂ ਵੀ ਇਹ ਆਪਾਂ ਦੇਖਿਆ ਵੀ ਜਦੋਂ ਇਹ ਖੁਰਾਕ 'ਚ ਆਪਾਂ ਪੈਣਾ ਨਹੀਂ ਆਪਾਂ ਖੇਡਣੀ ਨਹੀਂ ਹੈਗੀ ਹੈ, ਹਾਂਜੀ ਹਾਂਜੀ, ਹਾਂ ਅਤੇ ਅੱਜ ਕੱਲ੍ਹ ਫਿਰ ਪਰਿਵਾਰ ਦੇ ਵਿੱਚ ਕੌਣ ਕੌਣ ਤੁਸੀਂ? ਅੱਜ ਕੱਲ੍ਹ ਜੀ ਮੇਰੇ ਪਰਿਵਾਰ ਦੇ ਵਿੱਚ ਮੈਂ ਅਤੇ ਮੇਰੀ ਮਿਸਿਜ ਸਰਨਜੀਤ ਕੌਰ, ਹਾਂਜੀ, ਅਤੇ ਮੇਰਾ ਬੇਟਾ ਹਰਜੋਤ ਸਿੰਘ ਜੀ, ਅਤੇ ਬੇਟੀ ਨਵਜੋਤ ਕੌਰ, ਅਤੇ ਮੇਰੀ ਨੂੰਹ ਆ ਜੀ ਜਸਨੀਤ ਕੌਰ ਜੀ, ਜਿਹੜੀ ਹੁਣ ਸਿਡਨੀ ਦੇ ਵਿੱਚ ਪੜ੍ਹਾਈ ਕਰਦੀ ਆ, ਹਾਂਜੀ, ਅਤੇ ਉੱਥੇ ਮੇਰਾ ਦੋਸਤ ਆ ਕੁਲਦੀਪ ਆਸਟ੍ਰੇਲੀਆ ਕਬੱਡੀ ਵਾਲੀ ਉਹ ਵੀ, ਉਹਨੇ ਪਹਿਲਾਂ ਇੰਗਲੈਂਡ ਕਬੱਡੀ ਖੇਡੀ ਆ, ਹਾਂਜੀ, ਉਹਨਾਂ ਦੇ ਪਰਿਵਾਰ ਨਾਲ ਹੀ ਰਹਿੰਦੀ ਆ ਜੀ, ਹਾਂਜੀ, ਅਤੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਕਰਦੇ ਨੇ ਜੀ, ਜੀ ਹਾਂਜੀ, ਅਤੇ ਕੰਮ ਕਾਰ ਤੁਹਾਡਾ ਇੱਥੇ? ਇੱਥੇ ਜੀ ਜਿਹੜਾ ਮੇਰਾ ਕੰਮ ਕਾਰ ਆ ਹੁਣ ਮੇਨ ਜਿਹੜਾ ਕੰਮ ਆ ਜੀ ਆਪਣਾ ਖੇਤੀ ਦੀ ਆ, ਕਿਉਂਕਿ ਜਦੋਂ ਕਬੱਡੀ ਛੱਡਤੀ ਬਾਹਰੋਂ ਆ ਗਏ ਸੀਗੇ ਇੱਥੇ, ਤੁਹਾਨੂੰ ਦੱਸਿਆ ਵੀ ਸਾਡਾ ਪਰਿਵਾਰ ਥੋੜ੍ਹਾ ਵੱਡਾ ਸੀਗਾ, ਹਾਂਜੀ, ਅਤੇ ਤਾਇਆ ਅਤੇ ਬੀਬੀ ਇਹਨਾਂ ਨੇ ਸਾਰਿਆਂ ਨੇ ਜਾਣੀ ਪੂਰਾ ਪਹਿਲਾਂ ਤਾਂ ਇਕੱਠੀ ਹੁੰਦੀ, ਜਦੋਂ ਉਦੋਂ ਬਾਅਦ ਜਦੋਂ ਅਲੱਗ ਅਲੱਗ ਹੋ ਗਈ ਫਿਰ ਮੈਨੂੰ ਆਪਦੀ ਜਾਣੀ ਜਿਹੜੀ ਖੇਤੀ ਹੋਈ ਉਹ ਫਿਰ ਸਾਨੂੰ ਉਸ ਟਾਈਮ ਅਸੀਂ ਦੋਹਾਂ ਪਰਿਵਾਰਾਂ ਨੇ ਇਕੱਠੀ ਕਰੀ, ਤਾਂ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਜੀ ਅਲੱਗ ਅਲੱਗ ਹੋਣ ਦਾ ਸਾਨੂੰ ਅਤੇ ਹੋ ਕੇ ਫਿਰ ਮੈਂ ਤਾਂ ਖੇਤੀ ਵਾਲੀ ਧਿਆਨ ਦਿੱਤਾ ਜੀ ਬਸ ਜੀ, ਹਾਂਜੀ, ਅਤੇ ਜਿਸ ਤਰ੍ਹਾਂ ਤੁਸੀਂ ਕਬੱਡੀ ਵਾਲੀ ਤਾਂ ਸਾਰੀ ਜਿਹੜੀ ਤੁਹਾਡੀ ਕਹਾਣੀ ਸੀ ਉਹ ਦੱਸ ਦਿੱਤੀ ਆ, ਬਿਲਕੁਲ ਜੀ, ਅਤੇ ਕਬੱਡੀ ਦੇ ਨਾਲ ਹੀ ਜੁੜੀਆਂ ਹੋਈਆਂ, ਅਤੇ ਇੱਕ ਸਾਨੂੰ ਪਤਾ ਲੱਗਿਆ ਕਿ ਤੁਸੀਂ ਭਲਵਾਨੀ ਵੀ ਕਰਦੇ ਸੀ ਥੋੜ੍ਹਾ ਟਾਈਮ, ਹਾਂਜੀ ਹਾਂਜੀ ਹਾਂਜੀ, ਉਹ ਤਾਂ ਉਹ ਗੱਲਾਂ ਨੇ ਜਿਹੜੀਆਂ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ, ਭਲਵਾਨੀ ਕਿੱਥੇ ਤੱਕ ਕੀਤੀ ਅਤੇ ਹੋਰ ਉਹਦੇ ਨਾਲ ਕੀ ਸ਼ੌਂਕ ਰਹੇ ਤੁਹਾਡੇ? ਹਾਂਜੀ ਧਰਮਾ ਜੀ, ਤੁਹਾਨੂੰ ਮੈਂ ਦੱਸਦਾ ਜੀ, ਮੈਂ ਤੁਹਾਨੂੰ ਦੱਸੀ ਸੀ ਗੱਲ ਪਹਿਲਾਂ ਵੀ, ਅਤੇ ਤਾਇਆ ਜੀ ਸੀ ਜਿਹੜੇ ਆਪਣੇ ਜੂਸ ਬਤਾਇਆ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ, ਮਤਲਬ ਉਹਨਾਂ ਨੂੰ ਇਹ ਵੀ ਜਿਹਦੇ ਟੇਲੈਂਟ ਆ ਜਵਾਕ 'ਚ, ਖਾਸ ਕਰ ਉਹਨਾਂ ਨੂੰ, ਤੂੰ ਵੈਸੇ ਵੀ ਸਾਰੇ ਜਿੰਨੇ ਕੁ ਅਸੀਂ ਹਾਣੀ ਪਰਮਾਣੀ ਸਾਰਿਆਂ ਨੂੰ ਤਾਂ ਕਹਿਣੀ, ਜਾਣੀ ਮੇਰੇ ਕੋਲ ਸਪੈਸ਼ਲ ਉਹ ਸਾਈਕਲ ਲੈ ਕੇ, ਜਾਣੀ ਜਿਵੇਂ ਜੀ ਮੈਂ ਪਿੰਡ ਸਵੇਰੇ ਆਪਦੀ ਪ੍ਰੈਕਟਿਸ ਕਰ ਲਈ, ਦੁਪਹਿਰੇ ਜਦੋਂ ਅਸੀਂ ਦਸਵੀਂ ਤੱਕ ਤੀ ਗਰਾਊਂਡ 'ਚ DPPT ਉਹਨਾਂ ਨੇ ਸਾਨੂੰ ਛੇਵੇਂ ਪੀਰੀਅਡ 'ਚੋਂ ਕੱਢ ਲੈਣਾ, ਹਾਂਜੀ, ਅਤੇ ਲੱਗ ਕੇ 2 ਘੰਟੇ ਜਦੋਂ ਸਿਖਰ ਦੁਪਹਿਰੇ ਖੇਡਣਾ ਜੀ, ਕਿਉਂਕਿ ਕੰਪਟੀਸ਼ਨ ਤੁਹਾਨੂੰ ਪਤਾ ਹੜ੍ਹਾਂ 'ਚ ਹੁੰਦਾ, ਅਤੇ ਆ ਕੇ ਜੀ 3 ਵਜੇ ਸਕੂਲ ਨੂੰ ਪੈ ਜਾਣਾ, 4:30-4 ਵਜੇ ਤਾਏ ਦਾ ਸਾਈਕਲ ਦੀ ਡੱਲੀ ਖੜ ਕੇ ਜਾਂਦੀ ਸੀਗੀ, ਹਾਂਜੀ, ਇੱਧਰ ਮੇਰਾ ਬਾਪੂ ਕਹਿੰਦਾ ਸੀ ਵੀ ਚੱਲ ਵੀ ਤਾਇਆ ਖੜ੍ਹਾ ਬਾਹਰ, ਕਿਉਂਕਿ ਖੁਰਾਕ ਖਰੂਕ ਦਾ ਆਪਾਂ ਨੂੰ ਕੋਈ ਕਸਰ ਛੱਡੀ ਨਹੀਂ ਹੈਗੀ ਪਰਿਵਾਰ ਨੇ ਸਾਰੇ ਨੇ, ਅਤੇ ਤਾਇਆ ਨੇ ਚੱਕਣਾ ਜੀ ਅਖਾੜੇ 'ਚ, ਅਖਾੜੇ ਦੇ ਵਿੱਚੋਂ ਤੁਹਾਨੂੰ ਪਤਾ ਜੀ ਰੋਜ਼ ਜ਼ੋਰ ਪੈਣਾ ਜੀ, ਅਤੇ ਇੱਕ ਸਮਾਂ ਆਇਆ ਜੀ ਇੱਥੇ ਮਾਨਕਾਲ ਟੂਰਨਾਮੈਂਟ 1 ਕਿਲੋਮੀਟਰ ਹੀ ਆਪਣੇ ਪਿੰਡ, ਮਾਨਕਾਲ ਦੇ ਟੂਰਨਾਮੈਂਟ 'ਤੇ ਖੇਡਣ ਦਾ ਕਬੱਡੀ ਓਪਨ ਕਬੱਡੀ ਖੇਡਦੇ ਸੀਗੇ ਜਦੋਂ, ਹਾਂਜੀ, ਓਪਨ ਹੀ ਚਲੋ 11 ਵਜੇ ਚਲੇ ਗਏ ਉੱਥੇ, ਮੇਰੇ ਡੈਡੀ ਹੁਣੇ ਵੀ ਸੀਗੇ, ਅਤੇ ਆਲੇ ਦੁਆਲੇ ਸਾਡੇ ਰਿਸ਼ਤੇਦਾਰੀਆਂ ਦੇ ਨੇੜੇ ਨੇਗੀਆਂ, ਹਾਂਜੀ, ਪਿੰਡ ਵੀ ਸਾਡਾ ਸਾਰੇ ਸੀਗੇ ਦਰਸ਼ਕਾਂ ਦੇ ਰੂਪ ਦੇ, ਕਿਉਂਕਿ ਨੇੜੇ ਪਿੰਡ ਦੇ ਕਲੱਬ ਵੀ ਸਾਡਾ ਜਿਹੜਾ ਪੁਰਾਣਾ ਸੀ ਉਹ ਵੀ ਉੱਥੇ ਸੀ, ਹਾਂਜੀ, ਉੱਥੇ ਜੀ ਇੱਕ ਭਲਵਾਨ ਆ ਗਿਆ ਭਲਵਾਨੀ ਪਹਿਰਾਵੇ ਦੇ ਵਿੱਚ ਗੋਟਾਂ ਦਾ ਗੱਟਾ ਲਾ ਕੇ ਆਪਦਾ, ਉਹਨੇ ਇਹ ਚੈਲੰਜ ਕਰਤਾ, ਕਹਿੰਦਾ ਵੀ 70 ਕਿਲੋ ਵੇਟ ਦਾ ਕੋਈ ਵੀ ਮੇਰੇ ਨਾਲ ਘੋਲੋ ਜੀ, ਅਤੇ ਮੇਰਾ ਵੇਟ ਤਾਂ ਇੰਨੀ ਸੀਗਾ ਜੀ, ਮੇਰੇ ਤੋਂ ਪਿੰਡ ਦੇ ਵਿੱਚ ਮੁੰਡੇ
ਅਤੇ ਫਿਰ ਇਹ ਸਾਡੀ ਜਿਹੜੀ ਟੀਮ ਹੁੰਦੀ ਹੈ, ਤੁਹਾਨੂੰ ਪਤਾ ਨਹੀਂ ਆਪਣੇ ਮੇਰੇ ਨਾਲ ਦੇ ਪਲੇਅਰ ਕਹਿੰਦੇ ਚੱਲ ਬਈ ਸਾਨੂੰ ਤੂੰ ਰੋਜ਼ ਹੀ ਕਹਿੰਦਾ ਹੁੰਦਾ ਇੱਧਰ ਕੋਲ ਅੱਜ ਇੱਧਰ ਆ। ਮੈਂ ਕਿਹਾ ਯਾਰ ਮੈਂ ਤਾਂ ਕਬੱਡੀ ਖੇਡਣੀ ਆ ਵੀ ਸਵੇਰੇ, ਮੈਨੂੰ ਵੀ ਤਾਂ ਭਲਵਾਨ ਪੂਰਾ ਭਲਵਾਨ ਆ ਉਹ, ਆਪਾਂ ਜ਼ਰੂਰ ਪੰਗਾ ਲੈਣਾ ਕਿਉਂ ਪਿੰਡ ਕਰਦੇ ਹਾਂ ਚਲੋ ਠੀਕ ਆ, ਪਰ ਨਹੀਂ ਜੀ ਮੈਂ ਸਕੂਲ ਚਲਿਆ ਗਿਆ ਮੇਰੇ ਸਾਡੇ ਘਰਾਂ ਘੁਰਾਂ ਦੇ ਬੰਦੇ ਆ ਗਏ, ਨਹੀਂ ਯਾਰ ਚੱਕ ਦੇ ਪੱਟੇ ਕੁਛ ਨਹੀਂ ਹੁੰਦਾ। ਲਾ ਲਿਆ ਜੀ ਇਹਨੂੰ ਗੋਟਾ, ਉਹ ਤਾਇਆ ਵੀ ਉੱਥੇ ਸੀਗਾ ਜੀ ਜਿਹੜਾ ਲਿਆਉਂਦਾ ਹੁੰਦਾ ਸੀਗਾ, ਆ ਜਾ ਬਈ ਭਲਵਾਨਾ, ਕਹਿੰਦਾ ਮੈਂ ਚੱਲ ਵੀ ਤਾਇਆ ਕਰਾਓ ਇਹਨੂੰ ਇੱਕੀ ਹੁਣ, ਚਲੋ ਹੁੰਦਾ ਹੀ ਆ ਜੀ ਕਾਹਨੂੰ ਆਪਾਂ ਤਾਂ ਕਬੱਡੀ ਖੇਡਣਾ ਆ। ਲਓ ਜੀ ਉਹ ਕੁਸ਼ਤੀ ਸਟਾਰਟ ਹੋ ਗਈ, ਕੁਸ਼ਤੀ ਸਟਾਰਟ ਹੋ ਗਈ, ਵਧੀਆ ਚੱਲਿਆ ਜੀ ਕੰਮ ਕਰ ਕੁਰ ਕੇ। ਮੇਰਾ ਇੱਕ ਦਾਅ ਹੁੰਦਾ ਸੀਗਾ ਜੀ ਭਲਵਾਨੇ ਦੇ, ਬਗਲ ਭਰਨੀ ਜੀ, ਬਗਲ ਉਹ ਵੀ ਉਤਲੇ ਜ਼ੋਰ ਨਹੀਂ ਭਰੀ ਜਾਂਦੀ ਆ ਜੀ, ਅਤੇ ਦੋ ਤਿੰਨ ਵਾਰੀ ਉਹਨੇ ਜਦੋਂ ਬਾਂਹ ਸਾਡੀ, ਮੈਨੂੰ ਤਾਇਆ ਇਹਨੇ ਦੱਸਿਆ, ਮੈਨੂੰ ਤਾਇਆ ਕਹਿੰਦਾ ਵੀ ਐਂ ਕਰ ਕੰਮ ਕਰ, ਕਿਉਂਕਿ ਜਿਵੇਂ ਆਪਾਂ ਨੂੰ ਲੈਸਨ ਦਿੰਦੇ ਆ ਉਹ ਮੈਨੂੰ ਦਿੰਦੇ ਹੁੰਦੇ ਸੀ ਵੀ ਐਂ ਕਰ, ਮੈਨੂੰ ਕੰਮ ਕਰਕੇ ਦਿਖਾਵਾ ਤਾਂ ਕਰੇਗਾ ਕੰਮ। ਹਾਂਜੀ ਚਲੋ ਜੀ, ਦੋ ਚਾਰ ਮਿੰਟ ਕੁਸ਼ਤੀ ਵਧੀਆ ਚੱਲੀ, ਉਹ ਮੇਰੇ ਉੱਤੇ ਵੀ ਹੋਇਆ ਇੱਕ ਵਾਰੀ, ਅਤੇ ਉਹਨਾਂ ਨੇ ਕਮੇਟੀ ਨੇ ਬੋਲਿਆ ਵੀ ਐਂ ਕਰਕੇ ਵੀ ਇਹ ਸੜਾ ਕੇ ਲਵਾਵਾਂਗੇ ਦੋ ਮਿੰਟ ਉਤਲੇ ਭਲਵਾਨ ਨੂੰ। ਮੈਂ ਸੋਚਿਆ ਵੀ ਦੋ ਮਿੰਟ ਤਾਂ ਔਖੇ ਸੌਖੇ ਨੂੰ ਕੱਢਣੇ ਹੀ ਨੇ, ਕੱਢੇ ਜੀ ਉਹਨਾਂ ਨੇ ਛੜਾਇਆ ਰੋਂ ਸਰ, ਜਦੋਂ ਮੇਰਾ ਲੋਟ ਆਇਆ ਜੀ ਮੈਨੂੰ ਜਿਹੜਾ ਤਾਇਆ ਨੇਗਾ ਵੀ ਕੰਮ ਕਰ, ਆਪਾਂ ਉਹਦੀ ਬਗਲ ਭਰੀ ਬੰਦਾ ਚਿੱਤ ਮਾਰਿਆ ਥੱਲੇ ਜੀ। ਹਾਂਜੀ, ਅਤੇ ਐਂ ਲਾ ਲਓ ਜੀ ਹਿਸਾਬ ਧਰਮ ਆ ਜੀ, ਉਸ ਟਾਈਮ ਇੰਨਾ ਪ੍ਰੇਮ ਸੀਗਾ ਅਤੇ ਉਹ ਢਾ ਲਿਆ ਜੀ ਮੈਂ, ਜਾਣੀ ਮੈਨੂੰ ਉਸ ਟਾਈਮ 1600 ਰੁਪਈਆ ਜੀ, ਜਿਵੇਂ ਪੰਜਾਂ ਦਾ ਨੋਟ, ਦਸਾਂ ਦਾ ਨੋਟ, ਪੰਜਾਹ ਦਾ ਨਹੀਂ ਹੋਣਾ ਉਹ 'ਚ ਕੋਈ, ਇਹ ਨੋਟਾਂ ਦੇ ਨਾਲ ਨਾਲ ਜੀ ਮੈਨੂੰ 1600 ਰੁਪਈਆ ਬਣ ਗਿਆ ਸੀਗਾ। ਕਿਹੜੇ ਸੰਤ ਸੀਗੇ ਇਹ? ਤਾਂ ਜੀ ਗੱਲ ਮੇਰੇ ਹਿਸਾਬ ਨਾਲ 90-90 ਦੀ ਹੋਊ ਜਾਂ 91 ਦੀ ਹੋਊ ਬਸ। ਹਾਂਜੀ ਹਾਂਜੀ, ਅਤੇ ਓਪਨ ਕਬੱਡੀ ਵੀ ਅਸੀਂ ਉੱਥੋਂ ਸਾਡਾ ਮੈਚ ਸੀਗਾ, ਦਰਾਮੇ ਦੀ ਟੀਮ ਨਾਲ ਫਾਈਨਲ ਉਹ ਵੀ ਜਿੱਤ ਗਏ ਸੀ। ਹਾਂਜੀ, ਅਤੇ ਐਂ ਲਾ ਲਓ ਸਾਹਿਬ ਵੀ ਇੰਨਾ ਵਧੀਆ ਉੱਥੇ ਮਾਣ ਸਤਿਕਾਰ ਹੋਇਆ ਜੀ ਮਾਣਕਾ ਦੇ ਟੂਰਨਾਮੈਂਟ 'ਤੇ ਜੀ। ਅਤੇ ਹੋਰ ਕੋਈ ਗੱਲਬਾਤ ਤੁਹਾਡੀ ਜ਼ਿੰਦਗੀ ਨਾਲ ਜੁੜੀ? ਕੁਛ ਟਾਈਮ ਜੀ ਫਿਰ ਮੈਂ ਇੱਧਰ ਘਗਰਾਣੇ ਵੀ ਰਿਹਾ, ਬਸ ਇਹ ਵੇਟ ਵਧਾਉਣ ਦੇ ਚੱਕਰ ਜੀ, ਉੱਤੇ ਘੁਲਦੇ ਵੀ ਹੁੰਦੇ ਸੀ ਬਾਈ ਨਾਲ ਜਗਦੀਸ਼ ਭੋਲੇ ਉਹਨਾਂ ਨਾਲ, ਹੋਰ ਮੱਲ ਬਹੁਤ ਸੀਗੇ ਜੀ ਉੱਥੇ ਜੀ, ਸਾਡੇ ਏਰੀਏ ਵੀ ਸੀਗੇ, ਸਾਡੇ ਪਿੰਡ ਦਾ ਮੁੰਡਾ ਸੀਗਾ ਜੀ ਦੀਪ ਪਹਿਲਵਾਨ, ਜਿਹਦੇ ਨਾਲ ਉੱਥੇ ਟੂਰਨਾਮੈਂਟ ਹੁੰਦਾ ਹੁੰਦਾ ਜੀ, ਉਹਨੇ ਹੀ ਮੈਨੂੰ ਉੱਥੇ ਮਤਲਬ ਪ੍ਰੇਰਿਤ ਕਰਿਆ ਸੀਗਾ ਵੀ ਆਪਾਂ ਉੱਥੇ ਟਾਈਮ ਲਾਉਣਾ, ਅਤੇ ਉੱਥੇ ਵੀ ਮੈਂ ਅਸੀਂ ਇਕੱਠੇ ਰਹੇ ਹਾਂ ਜੀ, ਹਾਂਜੀ ਭਾਈਆਂ ਵਰਗਾ ਦੋਸਤੀ ਹੋਵੇ ਆਪਣਾ, ਇਕੱਠੇ ਪੜ੍ਹਦੇ ਸੀਗੇ ਜੀ ਜੀ। ਹਾਂਜੀ, ਸੋ ਬੜਾ ਵਧੀਆ ਤੁਸੀਂ ਆਪਣੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਨੇ ਜੋ ਕਬੱਡੀ ਦੀ ਕਹਾਣੀ ਹੈ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ। ਸੋ ਹੁਣ ਲਾਸਟ ਦੇ ਵਿੱਚ ਜਾਂਦੇ ਜਾਂਦੇ ਆਪਣੇ ਖੇਡ ਤਜ਼ਰਬੇ ਦੇ ਮੁਤਾਬਕ ਤੁਸੀਂ ਸਾਡੇ ਜੋ ਨਵੇਂ ਖਿਡਾਰੀ ਨੇ ਕਬੱਡੀ ਵੱਲ ਆ ਰਹੇ ਨੇ, ਹਾਂਜੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਧਰਮਾਂ ਜੀ ਆਪਾਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਪਲੇਅਰਾਂ ਨੂੰ ਵੀ ਜਿਹੜੇ ਹੁਣ ਪੁਰਾਣੇ ਵੀ ਨੇ, ਮਤਲਬ ਜਿਹੜੇ ਹੁਣ ਨਵੇਂ ਉੱਠ ਰਹੇ ਨੇ, ਵੀ ਜਿਹੜੀ ਜੀ ਮਤਲਬ ਜ਼ਰੂਰੀ ਨਹੀਂ ਵੀ ਜੇ ਆਪਾਂ ਜਿੰਮ ਜੁਆਇਨ ਕਰੀਏ ਤਾਂ ਹੀ ਕਬੱਡੀ ਖੇਡਣੀ ਆ, ਕਬੱਡੀ ਗਰਾਊਂਡ ਤੋਂ ਮਿਲਦੀ ਹੈ ਜੀ। ਬਿਲਕੁਲ ਜੀ, ਕਬੱਡੀ ਗਰਾਊਂਡ ਤੋਂ ਮਿਲਦੀ ਹੈ ਜੀ, ਅਤੇ ਜਿਹੜੀ ਖੁਰਾਕ ਆ ਉਹ ਬਹੁਤ ਹੀ ਵਧੀਆ, ਆਪਣੇ ਹੁਣ ਵੀ ਦੁੱਧ ਦਹੀਂ ਲੱਸੀ ਅਤੇ ਬਦਾਮ, ਹਾਂਜੀ, ਇਹ ਦੇਸੀ ਖੁਰਾਕ ਲੈ ਕੇ ਦੇਸੀ ਮਿਹਨਤ ਲਾ ਕੇ ਹੀ ਮਤਲਬ ਜਿਹੜੀ ਗੱਲਬਾਤ ਬਣਨੀ ਆ, ਜਿਵੇਂ ਫਰਜ਼ ਕਰ ਲਓ ਹੁਣ ਮੈਂ ਹੋ ਗਿਆ ਤੁਹਾਡੇ ਸਾਹਮਣੇ ਬੈਠਾ ਜੀ, ਹਾਂਜੀ, ਅਤੇ ਹੁਣ ਵੀ ਆਪਦੇ ਆਪ ਨੂੰ ਫਿੱਟ ਮਹਿਸੂਸ ਕਰਦੇ ਹਾਂ ਆਪਾਂ, ਵੀ ਕਿਸੇ ਪਾਸੋਂ ਦਮਣ ਵਾਲਾ ਕੰਮ ਨਹੀਂ ਹੈਗਾ, ਹਾਂਜੀ, ਅਤੇ ਜੇ ਇਹੋ ਜਿਹੀਆਂ ਖੁਰਾਕਾਂ ਖਾ ਕੇ ਪਲੇਅਰ ਜੀ ਖੇਡਣ ਤਾਂ ਇਹ ਸੰਦੇਸ਼ ਆ ਵੀ ਬਹੁਤ ਹੀ ਵਧੀਆ ਆਪਦੀ ਜਿਹੜੀ ਲਾਈਫ ਆ, ਹਾਂਜੀ, ਜਿਹੜੀ ਮਤਲਬ ਖੇਡਣ ਦਾ 20-25 ਸਾਲ ਤੱਕ 30 ਸਾਲ ਤੱਕ ਖੇਡੀ ਜਾਊ ਬੰਦਾ, ਉਦੋਂ ਬਾਅਦ ਜਿਹੜੀ ਅਸਲੀ ਜ਼ਿੰਦਗੀ ਆਉਂਦੀ ਹੈ ਜੀ, ਜਿਹੜੀ ਆਪਣੀ ਵਿਆਹਤਾ ਜ਼ਿੰਦਗੀ ਆ, ਉਹਦੇ 'ਤੇ ਕੋਈ ਅਸਰ ਨਹੀਂ ਪੈਂਦਾ ਚੀਜ਼ਾਂ ਨਾਲ, ਇਹੋ ਜਿਹੀਆਂ ਖੁਰਾਕਾਂ ਖਾ ਕੇ ਦੇਸੀ ਮਿਹਨਤ ਲਾ ਕੇ, ਹਾਂਜੀ, ਪਲੇਅਰ ਆਉਣ ਜੀ। ਬਿਲਕੁਲ ਜੀ, ਹਾਂਜੀ ਹਾਂਜੀ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੀ ਜ਼ਿੰਦਗੀ ਦੀਆਂ ਗੱਲਾਂ ਜੋ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਦੋਸਤੋ, ਅੱਜ ਆਪਾਂ ਨੇ ਮਾਂ ਖੇਡ ਕਬੱਡੀ ਦੇ ਮਹਾਨਤਾਵੀ ਆਪਣੇ ਸਮੇਂ ਦੇ ਸਰਦਾਰ ਜਸਵੰਤ ਸਿੰਘ ਜੀ ਉਰਫ ਗੋਲੂ ਕੰਗਣਵਾਲ, ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕੀਤੀਆਂ। ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਅਤੇ ਇਹ ਉਪਰਾਲਾ ਸਾਡਾ ਕਿਸ ਤਰ੍ਹਾਂ ਦਾ ਲੱਗਦਾ ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰਨਾ। ਅਗਲੀ ਵਾਰੀ ਅਸੀਂ ਤੁਹਾਨੂੰ ਕਿਸੇ ਹੋਰ ਕਬੱਡੀ ਦੇ ਮਹਾਰਥੀ ਦੇ ਰੂਬਰੂ ਕਰਵਾਵਾਂਗੇ, ਉਦੋਂ ਤੱਕ ਮੈਨੂੰ ਦਿਓ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।